जान बचानी ना तो मेरे मगर बंदूक अम्मा जी आलू वाले परौंठे पकाना मैं हूं बदला लाके गोली चल गई जल्दी करो फोन नंबर की थाने दा दो एक सात एक सात के एक पंज पता जल्दी करो हेलो सलाम जी जनाब थाने च बोलन डे थाने की पिछली गली च मेरे मुंडिया कुंडे मारन डे जनाब तू कौन है सफाई वाला साहब रन फोन दे साहब की अज ते फैर नहीं होया इत लड़ाई हुई जल्दी पहुंचो छेती करो छेती मार के की होएगा हुण बात इन्हां दीआं लाशां भी छण गईआं अज इह समझ लै और दरवाजा खुला कर डांग नहीं नंगन डे मैं सोना मार खाने मैं जावा
ਗੈਸ ਤੇ ਕਰਾ
ਨਾ ਹੋ ਕੇ ਕੁੜੀ ਨੂੰ ਘੱਲਣ ਦੇ ਨੇ ਤੂੰ ਚੌਧਰੀ ਅਬਦੁਲ ਮਾਲਕ ਦੀ ਨੋ ਹੋ ਕੇ ਜਾਏਗੀ ਆਹੋ ਇੰਜ पापी दे सिर च डंडा मारे हुण चंगी रही पता नहीं की शै बजी है वापस आ गई है ਮੰਦਲੀ ਬਾਕਸਰ ਬੁਲਾ ਲਿਆ ਕੋਈ ਨਾ ਹੋਇਆ ਕੀ
ਬੋਲਿਆ ਵੀ ਨਹੀਂ ਤੇ ਸਭ ਕੁਝ ਦੱਸ ਵੀ ਗਿਆ ਆਹੇ ਬਾਜੀ ਅਸਾਂ ਤੁਹਾਨੂੰ ਫੋਨ ਕਰਕੇ ਬੁਲਾਇਆ ਤੁਸੀਂ ਸਾਡੀ ਨਹੀਂ ਗੱਲ ਸੁਣਨ ਦਾ ਮੈਂ ਵੀ ਤੇ ਫੋਨ ਸੁਣ ਕੇ ਹੀ ਆਇਆ ਵਾਂ ਉਹ ਵੀ ਤੇ ਹੋਰ ਕਹਿਣ ਦੇ ਨੇ ਜਨਾਬ ਗੱਲ ਸੁਣੋ ਓਏ ਇਹ ਤੁਸੀਂ ਭਲਾ ਲੰਡੇ ਬਾਜ਼ਾਰ ਵੈਲਵਟ ਦੀਆਂ ਪੈਂਟਾਂ ਇਸਤਰੀ ਨਹੀਂ ਕਰਦੇ ਸੀ सारा पुत्र तू नहीं हो रहा मैं की बकवास कर रहा तू सुनिया नहीं पुत्र उधर हो सारे उठ ਉਹ ਪੁੱਤਰ ਉਧਰ ਹੋਣੇ ਨੇ ਮੇਰੀ ਤੇ ਵਾਕਫ ਚ ਬੀਵੀ ਹੈ ਮੇਰੀ ਦੋ ਪੁੱਤਰ ਨੇ ਮੇਰੇ ਆ ਦੋ ਜਣੇ ਨੇ ਮੈਂ ਤੁਹਾਨੂੰ ਦੱਸਿਆ ਭਾਈ ਜੀ ਆ ਤਿੰਨੇ ਜਣੇ ਤੇ ਬਾਹਰੋਂ ਸਾਡੇ ਨਾਲ ਲੜਨ ਆ ਰਹੇ ਵੀ ਵਿੱਚੇ ਗੱਲ ਕਰਨੇ ਦਾ ਭਾਈ ਜੀ ਕੱਲਾ ਰਹਿ ਗਿਆ ਸਾਨੂੰ ਬਾਰੀ ਲਾ ਲੈਂਦੇ ਉਧਰ ਥਾਣੇ ਫੋਨ ਕਰਕੇ ਮੈਨੂੰ ਬੁਲਾਇਆ ਬਾਰੀ ਤੂੰ ਲਾਏਗਾ ਅੱਛਾ ਓਏ ਅੱਲੇ ਕੋਈ ਨਾ ਕੋ ਬੋਲੇ ਕੀ ਨਾਂ ਤੇਰਾ ਲਿਆਸ ਮੇਰਾ ਨਾਮ ਹੈ ਸਾਹ ਬਹਾਦਰ ਤੂੰ ਤੂੰ ਹਰਕਤਾਂ ਕਰਨ ਡਿਆ ਹੈ ਨਹੀਂ ਜੀ ਨਾ ਮੈਂ ਦੇ ਕੋਈ ਪਰਸੋਂ ਤੇਰਾ ਵਿਆਹ ਹੈ ਹਾਂ ਜੀ ਤੂੰ ਬੋਲਣਾ ਨਹੀਂ ਅੱਛਾ ਜੀ ਬੋਲੇ ਕੋਈ ਨਾ ਪਰਸੋਂ ਤੇਰਾ ਵਿਆਹ ਹੈ ਭਾਈ ਜੀ ਮੈਂ ਪਰਸੋਂ ਤੇਰਾ ਵਿਆਹ ਬੋਲਣਾ ਨਹੀਂ ਜੀ ਵਿਆਹ ਤੇ ਵੀ ਆ ਜਾਣਾ ਫਿਰ ਹਾਂ ਵੀ ਆਪੇ ਹੀ ਕਰ ਜਾਣਾ ਆ ਕੇ ਕਹਿੰਦਾ ਬੋਲੇ ਕੋਈ ਨਾ ਅੱਛਾ ਤੁਸੀਂ ਤਫਸੀਸ਼ ਕਰਨ ਲੱਗੇ ਹੋ ਤਫਸੀਸ਼ ਕਰਨੀ ਬੋਲਣਾ ਨਹੀਂ ਓਏ ਬੋਲਣਾ ਨਹੀਂ ਦੇਖੋ ਕਿੱਡਾ ਹਨੇਰ ਬਚਿਆ ਦੁਸ਼ਮਣਾਂ ਦੇ ਮੂੰਹ ਚੱਕਰਾ ਮੈਨੂੰ ਨਾ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਮੇਰਾ ਯਾਰ
ਹਾਂ ਦੱਸ ਤੇ ਜ਼ਾਲਮ ਓਏ ਕਦੋਂ ਤੱਕ ਬੇਗੁਨਾਹ ਮਰਵਾਉਂਦਾ ਰਹੇਗਾ ਉਹਦੇ ਨਾਲ ਬਸ ਇੱਕ ਗੱਲ ਹੈ ਬੰਬ ਤੂੰ ਜਿੰਨੀ ਮਰਜ਼ੀ ਦੂਰ ਸੁੱਟੇ ਸੇਕ ਤੇਰੇ ਮੂੰਹ ਨੂੰ ਹੀ ਪੈਂਦਾ ਹੈ ਆ ਯਾਰ ਦੀ ਜਾਨ ਤੇ ਬੜੀ ਹੋਵੇ ਤੇ ਜੇਲ੍ਹ ਦੀਆਂ ਕੰਧਾਂ ਹੋਰ ਉੱਚੀਆਂ ਕਰ ਲੈ ਜੇਲਰ ਅੱਜ ਮੈਂ ਜੇਲ੍ਹ ਟੱਪ ਜਾਣੀ ਹਾਂ ਹੋਰ ਕੋੜੇ ਮਾਰੋ ਜੇਲਰ ਕਹਦੀ ਆ ਖਲੋਤਾ ਹੀ ਇਹ ਕੰਨ ਤੇ ਕਿਰਲੀ ਚੜੀ ਹੂ ਓਏ ਮੇਰੇ ਆ ਯਾਰਾ ਘਬਰਾਈ ਨਾ ਓਏ ਇਹ ਜਿੰਨੀ ਭੱਜਨਸ ਕਰ ਰਹੇ ਤੇਰੇ ਵਾਸਤੇ ਕਰ ਰਹੇ ਬਦਤਮੀ ਤੋਂ ਲੜਨ ਨਹੀਂ ਆਏ ਉਹ ਤੇ ਨਸ਼ਾ ਕਰਕੇ ਆ ਗਏ ਨਸ਼ਾ ਕਰਕੇ ਆਈਦਾ ਹੋਰ ਲੜਨ ਲਈ ਚਿੱਲਾ ਕਰਕੇ ਆਈਦਾ ਮੂੰਹ ਚਾਂਡੇ ਰੱਖ ਕੇ ਚੂਸੇ ਘਟਾਉਣ ਵਾਲੇ ਆ ਕਿਹਦੇ ਕੋਲ ਮਾਰ ਖਾਇਆ ਉਹ ਜਿੱਡਾ ਤੇਰਾ ਮੂੰਹ ਤੂੰ ਤੇ ਲੜਾਈ ਚ ਗੰਦੀਆਂ ਮਰਦਾ ਫਤਿਹ ਕਰ ਸਕਣਾ ਸਾਰਾ ਇੱਕ ਤੁਮਲਾ ਉਹ ਜ਼ਾਲਮ ਦਾ ਨਾਂ ਦੱਸ ਦੇ ਜਿੰਨੇ ਤੈਨੂੰ ਮਾਰੇ ਉਹ ਕਾਮੇ ਠੇਕੇਦਾਰ ਦਾ ਪੁੱਤਰ ਲਿਆ ਸਾ ਉਹ ਦੱਸ ਹੀ ਦਿੱਤਾ ਹੀ ਇਹ ਤੇ ਮੇਰਾ ਵੀਰ ਗੁੱਸੇ ਦੇ ਜਜ਼ਬਾਤੀ ਹੋ ਜਾਂਦਾ ਵੇਖ ਲੋਕੀ ਗੁੱਸੇ ਦੇ ਲਾਲ ਹੁੰਦੇ ਨਸਵਾਰੀ ਹੋ ਗਏ ਮੈਨੂੰ ਦੁਸ਼ਮਣ ਦਾ ਨਾਂ ਦੱਸ ਦੇ ਮੇਰੇ ਯਾਰਾ ਬੋਲੋ ਤਾਰਾ ਰਾਰਾ ਮਾਸੀ ਆ ਗਈ ਜੇ ਸਦਕੇ ਜਾਵਾ ਲੇਕਿਨ ਉਡੀਕਾ ਤੋਂ ਬਾਅਦ ਆ ਜਾਇ ਦਿਨ ਆਇਆ ਮਾਸੀ ਉਹ ਬਾਲਾ ਡਿੱਗ ਪਿਆ ਬਾਲਾ ਕਿਵੇਂ ਡਿੱਗ ਪਿਆ ਕਿਵੇਂ ਤੂੰ ਡਿੱਗੀ ਉਹ ਮਾਸੀ ਉਹ ਪਰਛਤੀ ਤੋਂ ਚੀਜ਼ਾਂ ਲਾਣ ਡਿਆ ਤੇ ਬਾਲਾ ਡਿੱਗ ਪਿਆ ਉਹ ਵੱਜ ਗਿਆ ਮਾਸੀ ਸਾਰੇ ਘਰ ਵਾਲੇ ਜ਼ਖਮੀ ਨੇ ਉਹ ਬਾਲਾ ਉਛਲ ਉਛਲ ਕੇ ਸਭ ਨੂੰ ਬਚਾ ਵਿਆਹ ਦੇ ਸ਼ੌਕ ਚ ਨਾ ਬਾਲੇ ਨੇ ਦੇਸੀ ਪੀਤੀ ਸੀ ਸਾਰੇ ਨੂੰ ਵਜਣ ਡਿਆ ਅੰਮਾ ਜੀ ਮਾਸੀ ਹੌਸਲਾ ਕਰ ਤੂੰ ਤੇ ਮੇਰੇ ਪੁੱਤਰ ਦੇ ਸ਼ਗਨਾਂ ਤੇ ਆਈ ਹੈ ਨੀ ਸ਼ਗਨ ਵੀ ਮਨਾ ਲਵਾਂਗੀ ਜੇ ਕਿਸੇ ਨਾਲ ਲੜਾਈ ਹੋ ਪਈ ਸੀ ਸਾਨੂੰ ਮਿਸ ਕਾਲ ਮਾਰਦਾ ਅਸੀਂ ਰੇਲ ਪਾ ਛੱਡਦੇ ਕਾਰ ਨਹੀਂ ਹੈਗਾ ਯਾਰ ਨਿਕਲ ਜਾ ਨਵਾਂ ਚੱਲੇ ਜਾਓ ਤੂੰ ਨਵਾਂ ਚੱਲ ਜਾਂਦੇ ਸਾਡੇ ਲਾਗੇ ਸਮਗਲਰ ਬਹੁਤ ਗਰਮੀ ਯਹਾਂ ਮੈਂ ਨਹੀਂ ਹੋ ਪਾ ਰਹਾ ਦੱਸੋ ਯਾਰ ਆਉਂਦਾ ਇੰਜਣ ਮੈਂ ਸਾਰਾ ਮਹੱਲਾ ਮਾਰ ਛੱਡ ਜਾਂਦਾ ਇੰਜਣ ਮੈਂ ਸਕੂਲ ਦਾ ਕੰਮ ਨਹੀਂ ਕੀਤਾ ਡਾਕਟਰ ਨੂੰ ਲੈ ਆਓ ਮੇਰੇ ਗੋਡੇ ਟੁੱਟ ਜਾਣੇ ਨੇ
ਔਰ ਨਿਕਲ ਚਲਾ ਚੀਜਿਆ ਸਾਡੇ ਤੇ ਫੇਰ ਕਤਲ ਪੈ ਗਿਆ ਔਰ ਡਾਕਟਰ ਨੂੰ ਬੁਲਾ ਓਏ ਕੋ ਬੰਦਾ ਮੇਰੀਆਂ ਗੋਡਿਆਂ ਨਾਲ ਗੱਡੀ ਲਾ ਗਿਆ ਜੀ ਉਹ ਕੀ ਹੋ ਗਿਆ ਤੈਨੂੰ ਜਿੰਨਾ ਦੇ ਪਾਣ ਲਿਆਉਣ ਵਾਲਿਆ ਕੀ ਹੋ ਗਿਆ ਔਰ ਗੱਲਾਂ ਕਰੀ ਜਾਂਦਾ ਗੋਸ਼ਤਾ ਰਥੀ ਮਿਲ ਲੋ ਫੇਰ ਨਹੀਂ ਹੋਇਆ ਕੀ ਓਏ ਨੂੰ ਹੋਸ਼ ਕਰਾਓ ਪਰਸੋਂ ਮੇਰਾ ਵਿਆਹ ਹੈ ਕੀ ਲੈਸ਼ੀ ਪਾਉਂਦੇ ਆ ਕੀ ਹੋਇਆ ਸੀ ਲੜਾਈ ਸ਼ੁਰੂ ਹੋਈ ਹੈ ਲੜਾਈ ਦਾ ਸੁਣਦੇ ਬੇਹੋਸ਼ ਹੋ ਗਿਆ ਹਾਏ ਮੈਂ ਮਰ ਗਈ ਭਾਵੇਂ ਲੜਾਈ 'ਚ ਕੋਈ ਸ਼ਾਹ ਬਾਜ ਗਈ ਹੋਵੇ ਓਏ ਮੈਂ ਲੜਾਈ ਤੇ ਕਦੋਂ ਦੀ ਮੁੱਕ ਗਈ ਹੈ ਲੜਾਈ ਮੁੱਕ ਗਈ ਮੈਨੂੰ ਤਾਂ ਦੱਸੋ ਉਫੱਲਾ ਕਿਸਮਤ ਨੇ ਇਹ ਦਿਨ ਵੀ ਦਿਖਾਣੇ ਥੇ ਜਿਸਕੋ ਪਰਸੋਂ ਚਾਹਾ ਸਦੀਓ ਚਾਹਾ आज उसकी मां से मेरी शादी हो गई जी तो चाहता जी चाहता है कि घूंघट उठाने के बजाय जुत्ती लाल वाते हुए पासे से लेकिन रस्म दुनिया है क्या मियां बीवी जितना मर्जी झगड़ा करें मगर घूंघट उठाने के बाद दिल तो करता घुंडना चुका ना सारी जिंदगी कुपी होकर बैठी रहे लेकिन लोग की कहे कि जीजा अपनी जनानी का घुंड नहीं चुक सकया कर्मा वाली है ना घुंड चुकना आई मुखड़े तो लाओ यार घुंड मुखड़े तो लाओ यार आया ਇਹਦੇ ਤਰਲੇ ਲੈ ਲੈ ਘੁੰਡ ਚੁੱਕਣ ਦੇ ਆ ਮੈਂ ਤੇਰੀ ਕੱਲੇ ਦੀ ਵਾਦੀ ਆ ਨਦੀਮ ਵਾਂਗੂ ਵੱਡੇ ਵੱਡੇ ਪੌਦ ਲੈਣੇ ਸਭ ਤੋਂ ਚੀਮੇ ਵਾਂਗੂ ਘੁੰਡ ਚੁੱਕ ਕੇ ਕੰਮ ਨਿਬੇੜ ਸ਼ੁਕਰਗਾਰ ਅੱਜ ਘੁੰਡ ਚੁੱਕਣ ਆਇਆ ਪਹਿਲਾਂ ਕੂੜਾ ਚੁੱਕਣ ਆਉਂਦਾ ਹੁੰਦਾ ਸੀ ਇਹ ਸੁਣ ਲਈ ਗੱਲ ਕੱਚੀ ਮੈਂ ਉਹ ਕੰਮ ਨਵੇੜ ਇਹ ਸੁਹਾਗ ਰਾਹ ਤੇ ਕੋਈ ਪਾਣੀ ਵਾਲਾ ਕੰਮ ਇਧਰ ਚੁਕੋ ਮੈਂ ਲਾ ਉੱਥੇ ਮਾਹੌਲ ਬਣਾ ਰਹਾ ਸੀ ਬੜਾ ਮਾਹੌਲ ਬਣਾਉਂਦੇ ਆ ਕੁੱਪੀ ਪਈ ਨਾਲ ਨਿਮਕੋ ਰੱਖੀ ਤੂੰ ਹੈ ਨਾ ਦੋ ਮਿੰਟ ਚੁੱਪ ਨਹੀਂ ਕਰ ਸਕਦਾ ਤੂੰ ਯਾਰ ਏਡਾ ਮਾਹੌਲ ਬਣਾਉਂਦੇ ਆ ਜਿਹੜਾ ਛੱਡ ਯਾਰ ਫਿਰ ਬਾਊਸ਼ ਸਾਹਿਬ ਨੇ ਸਹੀ ਵੋਲਟੀ ਲਾ ਕੇ ਆਏ ਨੇ ਫਿਰ ਤੁਹਾਨੂੰ ਮਾਰ ਪੈਣੀ ਸਾਨੂੰ ਇੰਜ ਲੱਭਣੀ ਨਹੀਂ ਅੱਜ ਚਾਹ ਪੂਰੇ ਕਰ ਲਈ ਅਸੀਂ ਮਹੱਲੇ 'ਚ ਬੱਚੇ ਬੜੀ ਛੇਤੀ ਚੁੱਕ ਨਾ ਘੁੰਡ ਚੁੱਕਣ ਨੂੰ ਇੰਨੀ ਦੇਰ ਚੱਲ ਵੋਲਟੀ ਬਣ ਮੈਂ ਦੁਬਾਰਾ ਆ ਰਿਹਾ ਚੱਲ ਜਲਦੀ ਆ ਬੀਬੀ ਮੇਰੇ ਦਾ ਮੂੰਹ ਵੇਖੋ ਜਿਵੇਂ ਬੱਕਰੀ ਨੂੰ ਸ਼ੂਗਰ ਹੋਈ ਖਾਮਦ ਮੇਰਾ ਵੇਖੋ ਕੌਂਤਰ ਮੇਰੇ ਖਾਮਦ ਦਾ ਮੂੰਹ ਵੇਖੋ ਕਾਲਾ ਜਿਹਾ ਜਿਵੇਂ ਫਾਂਸੀ ਲਾਉਣ ਵਾਲੀ ਟੋਪੀ ਹੁੰਦੀ ਬੀਬੀ ਦਾ ਮੂੰਹ ਵੇਖੋ ਜਿਵੇਂ ਕੁੱਤੇ ਨੇ ਕਿੱਕ ਮਾਰੀ ਹੁੰਦੀ ਖਾਮਦ ਮੇਰਾ ਵੇਖੋ ਕਿੰਨਾ ਤੇਲ ਮਲਿਆ ਜਿਵੇਂ ਮਿਸਤਰੀ ਛੁੱਟੀ ਕਰਕੇ ਚੱਲਾ ਹੈ ਬੀਬੀ ਬੀਬੀ ਦਾ ਮੂੰਹ ਵੇਖੋ ਜਿਵੇਂ ਗਰੀਬ ਦੀ ਤਨਖਾਹ ਮਰੀ ਹੁੰਦੀ ਕਾਮਨ ਮੇਰਾ ਵੇਖ ਲਓ ਜਿਵੇਂ ਦੀ ਪਹਿਲੀ ਬੁੱਢੀ ਮਰੀ ਹੁੰਦੀ ਆਹ ਉਹ ਵੀ ਵੇਖੀ ਜਾ ਪਿਓ ਤੂੰ ਵੇਖ ਨਹੀਂ ਸਕੇ ਆਹ ਉਹ ਵੀ ਦੇਖੀ ਜਾ ਚੱਲ ਮਾਰਾਂ ਦੁਬਾਰਾ ਆ ਰਿਹਾ ਲੋਕੀ ਸੂਟ ਦੀ ਮੈਚਿੰਗ ਕਰਦੇ ਨੇ ਮੂੰਹ ਨੇ ਜੁੱਤੀ ਦੀ ਮੈਚਿੰਗ ਕੀਤੀ ਚੱਲ ਮਾਰਾਂ ਦੁਬਾਰਾ ਚੱਲ ਦੁਬਾਰਾ ਹੁਣ ਤਰਾਨਾ ਲਾਵਾਂ ਫੇਰ ਨਜਮਾ ਮੈਂ ਤੁਹਾਡੇ ਕਾਬਿਲ ਨਹੀਂ ਚੱਲ ਠੀਕ ਹੈ ਕਿਸੇ ਹੋਰ ਨੂੰ ਭੇਜ ਹਜਾ ਨਿਕਲ ਮੇਰੇ ਕਾਬਲ ਨਹੀਂ ਤੇ ਉਂਝ 2 ਮਹੀਨੇ ਕਾਬਲ ਚਲਾ ਜਾ ਉਹਦੇ ਕਿਲ ਕਾਬਲ ਵਿੱਚ ਹੀ ਸਹੀ ਹੋ ਜਾਏਗਾ ਅਲੀ ਪਹਿਲਾਂ ਫਿਕਰਾ ਬੋਲਿਆ ਮੈਂ ਪਹਿਲਾਂ ਫਿਕਰਾ ਬੋਲਿਆ ਤੂੰ ਵਿੱਚੇ ਬੋਲ ਗਏ ਯਾਰ ਆਸੀਆ ਕਿੰਨੇ ਨਾਂ ਬਦਲੇ ਤੂੰ 5 ਮਿੰਟ 'ਚ ਮੇਰੇ ਆਸੀਆ ਮੈਂ ਤੁਹਾਡੇ ਕਾਬਲ ਨਹੀਂ ਕਹਾਂ ਇਹ ਚਾਂਦ ਕਹਾਂ ਇਹ ਠੋਕਰੋਂ ਮੇਰੇ ਵਾਲਾ ਪੱਥਰ ਤੁਹਾਡੀ ਮੇਰੀ ਜੁੜੀ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਟਾਟ ਪੇ ਲਗਾ ਹੁਆ ਮਖਮਲ ਕਾ ਪੇਵਨ मखमल में लगा हुआ टाट का पैवन होता है इको गल हुंदी भावें इंज कर लो भावें इंज कर लो यार कौंतर तेनु मखमल दी की तमीज तेनु बॉस की पवा दे आधे घंटे बाद मलेशिया हो जांदा बड़ा मुश्किल ब्याह करना चल मैं
ਮੈਂ ਵੋਟੀ ਬਣਨਾ ਤੂੰ ਹੁਣ ਲੜਾ ਬਣ ਜਲਦੀ ਚੱਲ ਤੇ ਆ ਨਾ ਵੋਟੀ ਬਣੀ ਉਹ ਸਹੀ ਜਾਣ ਜਾਣ ਵਾਲੀ ਬਹੁਤ ਸਾਦਰ ਕੁੱਟੇਗਾ ਹੀ ਵੋਟੀ ਆਉਣ ਵਾਲੀ ਭਾਬੀ ਆਉਣ ਵਾਲੀ ਹਾਂ ਜਲਦੀ ਤੇ ਕਰ ਲੈ ਯਾਰ ਚੱਲ ਵੋਟੀ ਬਣ ਕੇ ਬੈਠ ਜਲਦੀ ਕਰ ਲੈ ਹਾਲ ਕੋ ਟਾਈਮ ਨਹੀਂ ਤਾਂ ਕੁੰਡ ਥੋੜਾ ਜਿਹਾ ਉੱਚਾ ਰੱਖੀ ਕਿਉਂ ਵੋਟੀ ਉਹੋ ਜਿਹੀ ਸੁਹਾਗ ਰਾਜ ਧੂਆਂ ਨਾ ਨਿਕਲ ਲੱਗ ਪਏ ਲੋਕੀ ਮੈਨੂੰ ਪੁੱਛਣ ਤੇਰੀ ਵੋਟੀ ਹੈ ਕਿ ਟਾਇਰਾਂ ਨੂੰ ਅੱਗ ਲਾਈ ਇਹ ਧੂਆਂ ਕਹਾਂ ਸੇ ਉੱਠ ਕਿਹੜੇ ਮਹੱਲੇ ਚ ਵਿਆਹ ਕਰਾ ਲਿਆ ਦੋਨ ਦੇ ਬੁੱਢੀ ਚੱਲ ਜਲਦੀ ਕਰ ਹੋਰ ਸਾਲ ਆਉਣ ਵਾਲੇ ਕੁੰਡ ਕੱਢ ਕੇ ਬੈਠ ਚੱਲ ਧਿਆਨ ਨਾਲ ਬੈਠੀ ਧਿਆਨ ਨਾਲ ਬੈਠੀ ਕਿਤੇ ਮੈਂ ਰਾਵੀ ਦੇ ਕੰਢੇ ਬੈਠੀ ਹੈ ਰਾਵੀ ਦੇ ਕੰਢੇ ਕਿਉਂ ਬੈਠਾਂ ਇਹ ਆਉਣ ਦਾ ਤਰੀਕਾ ਹੈ ਫਿਰ ਵੀਡੀਓ ਗੇਮ ਦੇ ਟਾਰਜ਼ਨ ਪੈਸੇ ਮੇਰੇ ਲੱਗਣੇ ਜਿਵੇਂ ਮਰਜ਼ੀ ਆਵਾਂ ਮੈਂ ਕੁੰਡ ਕੱਢ ਕੇ ਬੈਠ ਪੈਸੇ ਲੱਗੇ ਨੇ ਇਹਨੂੰ ਹੱਥ ਨਹੀਂ ਲਾਉਣਾ ਤੇ ਇੱਥੇ ਦੋ ਬਾਂਸ ਲਵਾ ਦੇ ਮੈਂ ਥੱਲੇ ਹਲੀਮ ਲਾਉਣੀ ਬੰਦਾ ਪੁੱਛੇ ਹਲੀਮ ਲਾ ਵੀ ਲਵੇ ਤੇਰੇ ਕੋਲ ਖਾਣੀ ਕਿੰਨੇ ਮੈਂ ਕਹਿੰਦੀ ਹਾਂ ਪਹਿਲੀ ਪਹਿਲੀ ਰਾਤ ਤੇ ਮੇਰੇ ਨਾਲ ਨਹੀਂ ਤੁਹਾਨੂੰ ਦੱਸਾਂ ਮੈਂ ਚੱਲ ਮੈਂ ਆ ਰਿਹਾ ਹੁਣ ਦੁਬਾਰਾ ਆਉਂਦਾ ਵੀ ਅੱਲਾ ਨੇ ਮੇਰੇ ਪੱਲੇ ਸਪਿਨਰ ਪਾ ਦਿੱਤਾ ਲਾਗੂ ਹੀ ਮੁੜਾਉਂਦਾ ਅੰਤਰਾ ਲਾਗੂ ਹੀ ਮੁੜਾਉਂਦਾ ਚੱਲ ਤੂੰ ਕਿਹੜਾ ਪੰਜੀ ਓਵਰਾਂ ਪੂਰੀਆਂ ਖੇਡਣੀਆਂ ਨੇ ਮੈਂ ਕਿਹਾ ਮੇਰੀ ਇਹ ਸ਼ਹਿਜ਼ਾਦੀ ਏ ਕਿੰਨੀ ਸੋਹਣੀ ਏ ਤੂੰ ਝੂਠ ਪਹਿਲਾਂ ਹੀ ਝੂਠ ਕਿਸ ਤਰ੍ਹਾਂ ਜ਼ਿੰਦਗੀ ਲੰਘੇਗੀ ਉਹ ਝੂਠ ਬੋਲਣਾ ਪੈਂਦਾ ਖਾਮਦ ਵਿਚਾਰਾ ਤੇ ਅੰਨਾ ਹੁੰਦਾ ਉਹਨੂੰ ਵੀ ਪਤਾ ਘੁੰਟ ਦੇ ਵਿੱਚ ਕੀ ਲੁਕਾਇਆ ਅਗੋਂ ਵਿੱਚੋਂ ਪਤਾ ਨਹੀਂ ਕੀ ਨਿਕਲ ਆਉਣਾ ਮੈਂ ਫੇਰ ਆਉਣ ਲੱਗਾ ਹੁਣ ਫੇਰ ਆਇਆ ਹੁਣ ਨਾ ਹਿੱਲੀ ਮੈਂ ਕਿਹਾ ਮੇਰੀ ਇਹ ਸ਼ਹਿਜ਼ਾਦੀਏ ਕੀ ਗੱਲ ਮਾਚਸ ਹੈ ਹੀ ਘੁੰਡ ਚੁੱਕਣਾ ਕਿ ਬੇਬੇ ਦੀ ਚਿਤਾ ਸਾੜਨੀ ਤੂੰ ਮੇਰੇ ਕਹਿਣ ਦਾ ਮਤਲਬ ਦਾ ਬਈ ਵੋਟੀ ਉਹੋ ਜਿਹੀ ਇਹਨੂੰ ਮਾਚਸ ਹੀ ਪੁੱਛ ਸਕਦੇ ਆ ਮੇਰੇ ਕਹਿਣ ਦਾ ਮਤਲਬ ਹੈ ਮੇਰੀ ਇਹ ਸ਼ਹਿਜ਼ਾਦੀ ਹੈ ਅੱਜ ਮੇਰੇ ਦਿਲ ਦੀ ਖਾਹਿਸ਼ ਪੂਰੀ ਹੋ ਗਈ ਤੇਰੇ ਨਾਲ ਮੇਰਾ ਵਿਆਹ ਹੋ ਗਿਆ ਅੱਜ ਤੋਂ ਬਾਅਦ ਮੇਰੀ ਆਨ ਵੀ ਤੂੰ ਹੈ ਮੇਰੀ ਸ਼ਾਨ ਵੀ ਤੂੰ ਹੈ ਮੇਰੀ ਜਿੰਦ ਵੀ ਤੂੰ ਹੈ ਮੇਰੀ ਜਾਨ ਵੀ ਤੂੰ ਹੈ ਤੇ ਮੇਰੀ ਪਹਿਚਾਨ ਵੀ ਤੂੰ ਹੈ ਹਾਂ ਤੂੰ ਠੀਕ ਹੈ ਅੱਜ ਕੇ ਬਾਅਦ ਆਪ ਵੀ ਰਾਤ ਕੋ 9 ਵਜੇ ਘਰ ਆ ਜਾ ਕਰਾਂਗੇ ਕਿਉਂ 9 ਵਜੇ ਘਰ ਆਉਣਾ ਮੈਂ ਤੇਰਾ ਖਾਵਾਂਗਾ ਕਿ ਅਦਰ ਲੋਧੀ ਆ ਅਦਰ ਲੋਧੀ ਤੇਰੇ ਮੂੰਹ ਨਾਲੋਂ ਵੱਡੀ ਐਨਕ ਲਾਉਂਦਾ ਅਦਰ ਲੋਧੀ ਮੈਂ ਕਿਹੜਾ ਖਬਰਾਂ ਦੇਣ ਆਉਣਾ 9 ਵਜੇ ਆਉਣਾ ਮੈਂ ਤੇ 7 ਵਜੇ ਘਰ ਆ ਜਾਣਾ ਖਾਲਦ ਮੀਤ ਕਵੇਂ ਜ਼ਬੈਰਉਦੀਨ ਕਵੇਂ ਮੰਨ ਵੀ ਲਵਾਂ ਅਸਰ ਲੋਧੀ ਕਿੱਥੇ ਕਿੱਥੇ ਖੱਜਲ ਹੋ ਕੇ ਆਈ ਆਪ 9 ਵਜੇ ਘਰ ਆਏਗੇ ਕਿਉਂ ਮੈਂ 7 ਵਜੇ ਆ ਜਾਣਾ ਖਬਰਦਾਰ 7 ਵਜੇ ਆਏ ਤੇ ਵਜਾ ਮੈਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਟਾਰ ਪਲੱਸ ਲਿਖਣਾ ਹੁੰਦਾ ਓ ਸਟਾਰ ਪਲੱਸ ਹਾਂ ਸਾਸ ਵੀ ਕਭੀ ਬਹੂ ਥੀ ਹਾਂ ਦੇਖੇ ਡਰਾਮਾ ਹਾਂ ਸਾਸ ਵੀ ਕਭੀ ਬਹੂ ਥੀ ਹਾਂ ਉਹ ਮੈਂ ਵੇਖੇ ਡਰਾਮਾ ਰਾਤ ਨੂੰ ਸੱਸ ਬੈਠੀ ਹੁੰਦੀ ਅੱਧੀ ਰਾਤ ਹੁੰਦੀ ਉਹ ਬਹੂ ਉਹਦੀ ਕੰਧ ਟੱਪ ਕੇ ਨਾ ਬਾਹਰ ਜਾ ਰਹੀ ਹੁੰਦੀ ਸੱਸ ਉਹਦੀ ਬੈਠੀ ਹੁੰਦੀ ਉਹ ਨੌਕਰ ਆ ਕੇ ਸੱਸ ਨੂੰ ਕਹਿੰਦਾ ਬੀਬੀ ਜੀ ਉਹ ਦੇਖੇ ਛੋਟੀ ਬਹੂ ਬਾਹਰ ਜਾ ਰਹੀ ਦੀਵਾਰ ਫਲਾਂ ਕਰ ਬੋਲ ਨਹੀਂ ਰਹੀ ਕਹਿੰਦੀ ਸਾਸ ਵੀ ਕਭੀ ਬਹੂ ਥੀ ਏਡਾ ਬਦਤਮੀਜ਼ ਡਰਾਮਾ ਵੇਖਣ ਦਾ ਸਾਸ ਵੀ ਕਹੂ ਕਹੂ ਥੀ ਆਪਣੇ ਘਰ ਬੈਠਾ ਹੀ ਵਿੱਚ ਵਕਫਾ ਹੋਇਆ ਤੇ ਉੱਥੇ ਬੋਤਲਾਂ ਵਿੱਚ ਲੱਗ ਪਿਆ ਬੋਤਲੇ ਮੈਂ ਚੌਕਾ ਮਾਰਿਆ ਯਾਰ ਉਹ ਚੌਕਾ ਤੂੰ ਕੀ ਮਾਰਨਾ ਤੇ ਝੂਠ ਤੂੰ ਚੌਕਾ ਕੀ ਮਾਰਨਾ ਬਿਮਾਰ ਯੂਨਸ ਅੱਲਾ ਦੀ ਸ਼ਾਨ ਮੈਂ ਬਿਮਾਰ ਯੂਨਸ ਤੂੰ ਚੌਕਾ ਕੀ ਮਾਰਨਾ ਉਹ ਕੁਰਾਨ ਲਾਰਾ ਦੀ ਸੱਸ ਤੂੰ ਬਾਬਾ ਚੌਕਾ ਨਾ ਮਾਰਿਆ ਕਰ ਤੂੰ ਵਿਕਟ ਤੇ ਪੋਚਾ ਮਾਰਿਆ ਕਰ ਮੈਂ ਪੋਚਾ ਮਾਰਿਆ ਕਰਾਂ ਮੈਂ ਚੌਕਾ ਨਾ ਮਾਰਾਂ ਤੂੰ ਹੌਕਾ ਮਾਰਿਆ ਕਰ ਓ ਹੋ ਬਾਬਾ ਕੌਣ ਹੈ ਬਾਬਾ ਕੌਣ ਹੈ ਨਾਮ ਮੈਂ ਏ ਓ ਬਾਬਾ ਜੀ ਜਿੱਤੇ ਸੱਟ ਬਾਅਦ ਚ ਲੱਗਦੀ ਪੱਟੀ ਪਹਿਲੋਂ ਕਰਾ ਲੈਣਾ ਮੈਂ ਤੂੰ ਨਾ ਬੋਲਣ ਦੇਣਾ ਹਾਂ ਬਾਬਾ ਮੈਂ ਇਹਨਾਂ ਦਾ ਰਿਸ਼ਤਾ ਕਰਾਇਆ ਪੁੱਤਰ ਜਿਨ੍ਹਾਂ ਦੀ ਮਸਹਿਰੀ ਝੂਠੀ ਕਰਨ ਦੇ ਮਸਹਿਰੀ ਹੈ ਕਿ ਪਲਾ ਪੱਕਾ ਜਿਹੜਾ ਝੂਠਾ ਕਰਦਾ ਸੀ ਹੈ ਮੈਂ ਰਿਸ਼ਤਾ ਕਰਾਇਆ ਆ ਬਾਬਾ ਓਏ ਹਾਥੀ ਦੇ ਗੁਰਦੇ ਵਰਗਾ ਮੂੰਹ ਤੇਰਾ ਓ ਬਾਬਾ ਓ ਪੱਖੇ ਨੂੰ ਤੇਲ ਦੇ ਕੇ ਤਾੜੀਆਂ ਮਾਰਨ ਵਾਲਿਆ ਓ ਪੱਖੇ ਨੂੰ ਤੇਲ ਦੇ ਕੇ ਤਾੜੀਆਂ ਮਾਰੀ ਦੀਆਂ ਨੇ ਬੇਵਕੂਫ ਆ ਆਪਣੇ ਘਰ ਲੈ ਗਿਆ ਕਹਿੰਦੇ ਜੀ ਇਸ ਪੱਖੇ ਥੱਲੇ ਬੈਠੋ ਤੁਹਾਨੂੰ ਬੜਾ ਸਵਾਦ ਹੋਏਗਾ ਮੈਂ ਕਿਹਾ ਕਿਉਂ
ਕਹਿੰਦਾ ਮਸੀਹ ਤੋਂ ਲਾ ਕੇ ਲਿਆਉਂਦਾ ਤੇ ਬਾਬਾ ਆਪਣੀ ਪੁੱਟੀ ਨੇ ਆਪਣੀ ਪੁੱਟੀ ਨੇ ਪੱਖੇ ਥੱਲੇ ਦੇਂਦਾ ਚਾਚੀ ਕਹਿੰਦੀ ਪੱਖਾ ਹੌਲਾ ਕਰ ਦੇ ਤੇ ਇਹਨੇ ਪਰ ਲਾ ਤੇ ਕਹਿੰਦਾ ਐ ਤੋਲਾ ਕਹਿੰਦਾ ਹੌਲਾ ਹੋ ਗਏ फुल बारिश पैन दी है छतरी ला के बूटे नूं पानी देण दे बाबा सुदादा बंदा तू बाबा पावे खान दे उस्ताद फजे ने सारे पावे खा के शोरबा पी के कहदा मैं कामयाब हो गया ओ पंडित जी बाबा अच्छा झूठा ही बाबा हां की कह रहे मैं कह वाल कटा दे बाबा उदो कटाएंगे जदों इन्हां नाल सतूत लगण लग पैणगे एक माली नाल गल आई उहने कहा कटाई नाल स्ट्रॉबेरी लगेगी हुण तां असीं मस्कीनां दे वजे तुहानूं लोकां दे लवाओ पता ही नहीं 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 तूं ते फ्रूट मंडी च सौंदा आ वाल किहो जिहे रखे जनाजिआं ते ढोल वजाउण वाले आ वाल किहो जिहे रखे चल कर ला मर्सिडीज अगे हुण सैकल वाला पजारो वाले कह लिया अपना कच्छा किराए ते दिता है ऐसा बेवकूफ है गुलशन का भी गया डबल स्टोरी मस्जिद मौलवी साहब कहते तुम जमा उत्ते बना मौलवी साहब ने फरमाया हाँ अच्छा मैं थले बिलीड रख लवो बाबे ने नवा नवा फोन लिया अपने दोस्त नु फोन करके कहंदा हेलो चुकी ना मिस कॉल दीती है एदा दोस्त मर गया मुल्तान कहंदा सदीक साहब एडी मेहनत ने मुल्तान गया मन गया सदीक साहब ते मर गए हैं कहंदा ओ उना दा को मोबाइल नंबर ही दे दे अरे बाबा अरे बाबा बाबा एदा झूठा ओ केएफसी वाला बाबा नहीं आहो ओदी फोटो कर लाके ना बाबा कहना हमारा दादा शहीद होया दुकान निराला सेल ही घट गई हुण कहे हाथ जरूर लाउंदा होएगा बाबे ने मुल तो नहीं लिया एक कुला ते गया सी उत्थों दाणे पड़दा पड़दा मोटे ते रख लिया निकल शर्त लगी मज का कट्टा मारे मज दुध नहीं दी मैं मज दुध नहीं देने कहने कट्टा नहीं मारिया मैं अगर दुध दे दे कहना सारा चोके तू ला लू मैं जाके ना कुर्ता लवा के माई के थले छे मज मूह कह लग पी मेन चो लो बापी चो लो बाबे ने अपना भी दादा वोटी आ गई वोटी आ गई परे हो जाओ परे हो जाओ ये तेल चो रहा ने तेल के चोने भाभी की चैन फसती मारने गोडिया
ਉਠ ਵੋਟੀ ਨਾਲ ਨਹੀਂ ਬਈਦਾ ਕਿਉਂ ਫਿਰ ਉਹਦੇ ਬਰਾਬਰ ਨਹੀਂ ਬਈਦਾ ਲੈ ਬਰਾਬਰ ਨਹੀਂ ਬਈਦਾ ਵੋਟੀ ਹੈ ਕਿ ਮੁਰਸ਼ਦ ਹੈ ਕੱਢੋ ਇਹਨੂੰ ਬਾਹਰ ਕੱਢੋ ਇਹਨੂੰ ਬਾਹਰ ਤੁਸੀਂ ਖੁਸ਼ਕਿਸਮਤ ਹੋ ਤੁਹਾਡੇ ਵਿਆਹ ਦਾ ਸੁਪਰਮੈਨ ਆਇਆ चाचे दे दोस्त आने तगड़ी कौन दे गोडा वग बहुत मैं थोड़ा कह रहा हूँ 1 2 3 वर्ल्ड चैंपियन लो एहो जे बाबे घुलदा कोई हुंदा बाहर खड़ो के मशवरे ने नोल लात ते थल्ले हाथ पा ए बाबा गाली काडी लेके दी बस बननी हूं ए बाबा लगदा डुब के मर लगे कुकड़ी नू गर्म पानी पिओन दिया मैं क्या करन दिया कहंदा आंडे उबले दे क्यों बाबा ਮੱਝ ਨੂੰ ਦੁੱਧ ਪਿਉਣ ਡਿਆ ਸੀ ਅੱਛਾ ਮੈਂ ਕਿਹਾ ਬਾਬਾ ਮੱਝ ਨੂੰ ਕਿਉਂ ਦੁੱਧ ਪਿਉਣ ਡਿਆ ਕਹਿੰਦਾ ਪਤਲਾ ਦਿੱਤਾ ਇੱਕ ਚੱਕਰ ਹੋਰ ਲਵਾਉਣਾ ਮੈਂ ਉਹਨੂੰ ਨਾਲ ਬਰਫ਼ ਵੀ ਖਵਾਈ ਸੀ ਹਾਂ ਬਾਬਾ ਉਹ ਮਾਸੀ ਚੀਦਾ ਐਡੇ ਦੁੱਖ ਨਾਲ ਗੱਲ ਕਰਨ ਦੀ ਬਾਬੇ ਨੇ ਕਦੀ ਜਵਾਬ ਸਿੱਧਾ ਦਿੱਤਾ ਹੀ ਨਹੀਂ ਕਿਸੇ ਨੂੰ ਉਹ ਮਾਸੀ ਚੀਦਾ ਇਹਨੂੰ ਵਿਚਾਰੇ ਨੂੰ ਬਾਬੇ ਨੂੰ ਕਹਿਣ ਦੀ ਬਾਬਾ ਸਾਲ ਹੋ ਗਿਆ ਮੇਰਾ ਬੰਦਾ ਘਰੋਂ ਆਲੂ ਲੈਣ ਗਿਆ ਵਾਪਸ ਨਹੀਂ ਆਇਆ ਬਾਬਾ ਕਹਿੰਦਾ ਚੱਲ ਕੋਈ ਹੋਰ ਆਂਡੀ ਪਕਾ ਲਾ ਤੂੰ ਬਾਬਾ ਜੀ ਗਾਣਾ ਸੁਣਾਓ ਵਿਆਹ ਗਾਣਾ ਸੁਣਾਓ ਹਾਂ ਓਵੇ ਕੁੜੀ ਹਾਂ ਇਹਨੇ ਸਾਰੇ ਵਿਆਹ ਚ ਰੌਣਕ ਲਾਈ ਅੱਛਾ ਇਹ ਕੌਣ ਹੈਲੋ ਕੀ ਹਾਲ ਹੈ ਠੀਕ ਹੂੰ ਓਏ ਉਰਦੂ ਬੋਲਦੀ ਬੜੀ ਉਰਦੂ ਬੋਲਦੀ ਕੁੜੀਆ ਕੋਈ ਨਹੀਂ ਗੱਲ ਰੱਬ ਤੇ ਵੇਖਣੀ ਡਿਆ ਨਾ ਇਹਨਾਂ ਉਰਦੂ ਕੁੜੀਆਂ ਦੀ ਨਾ ਉਰਦੂ ਬੰਦਾ ਉਹਨਾਂ ਚੈੱਕ ਕਰਾ ਜਦੋਂ ਰਕਸ਼ਣਾ ਦਾ ਪੈਸੇ ਤੈਅ ਕਰਦੀਆਂ ਅੱਛਾ ਜੀ ਹਾਂ ਕਹਿਣ ਗਿਆ ਇਹ ਲਿਬਰਟੀ ਮਾਰਕੀਟ ਜਾਣਾ ਕਿਤਨੇ ਪੈਸੇ ਉਹ ਕਹੇਗਾ 50 ਰੁਪਏ ਆ ਹੁਣੇ ਤਾਂ 25 ਦੇ ਗਿਆ ਔਰ ਰਿਕਸ਼ੇ ਦਾ ਹਾਰ ਨੋਟਾਂ ਦਾ ਹਾਰ ਲੈਣ ਗਈ ਹਾਂ ਜੀ ਕਹਿੰਦੀ ਆ 100 ਵਾਲਾ ਹਾਰ ਕਿਨੇ ਦਾ ਉਹਨੇ ਕਹੀ 125 ਰੁਪਏ ਦਾ ਕਹਿੰਦੀ 60 ਲੈਣੇ ਨਹੀਂ फैसलाबाद तू तो पूरा पाकिस्तान जुगतां दे लाता ही जुगतां दे लाता कि मैं दाल दे लाता ਬਾਬਾ ਬਾਬੇ ਦੀ ਬੁੱਢੀ ਬੜੀਆਂ ਜੁਗਤਾਂ ਕਰਦੀ ਅੱਛਾ ਚਾਚੀ ਸਾਡੀ ਸਬਜ਼ੀ ਵਾਲੇ ਕੋ ਬੈਠੀ ਮੈਂ ਕਿਹਾ ਮਾਸੀ ਸਬਜ਼ੀ ਲੈਣ ਆਈ ਹੈ ਕਹਿੰਦੀ ਸਬਜ਼ੀ ਲੈਣ ਆਈ ਹੋਰ ਮੇਰੀ ਸ਼ਿਕਰਤ ਇੱਕ ਮੁੰਡਾ ਮੇਰੇ 'ਚ ਵੱਜਾ ਫੈਸਲਾਬਾਦ ਠਾ ਕਰਕੇ ਮੈਂ ਕਿਹਾ ਕੋ ਧਿਆਨ ਕਰ ਕਹਿੰਦਾ ਚੱਲ ਤੇਰੇ ਕਿਹੜੇ ਸਾਈਡਾਂ ਦੇ ਸ਼ੀਸ਼ੇ ਟੁੱਟ ਗਏ ਮੈਂ ਕਿਹਾ ਬਹੁਤ ਸੇ ਕਹਿੰਦਾ ਹੁਣ ਇਹੀ ਗੱਲ ਡਰਾਮੇ 'ਚ ਨਾ ਕਰ ਦੇਈ ਵੇ ਸੋਹਣਿਆ ਤੂੰ ਨਾ ਖੁਸ਼ ਹੋ ਉਹਦੀ ਆਖਰੀ ਉਮਰ ਉਹਨੂੰ ਹਰ ਕੋਈ ਸੋਹਣਾ ਲੱਗਣ ਡਿਆ ਹੈ ਅੰਮਾ ਤੇ ਵੇਖ ਅੱਜ ਕੱਪੜੇ ਪਾਏ ਆ ਪੁੱਤਰ ਦਾ ਵਿਆਹ ਹੀ ਅੱਜ ਤੇ ਅੰਮਾ ਚਾਈਨਾ 'ਚ ਜੇਬਾਂ ਕੱਟਣ ਵਾਲੀ ਲੱਗ ਰਹੀ ਹੈ ਵੈਸੇ ਕਿ ਅੰਮਾ ਬਾਗ ਲਾ ਕਰਜ਼ੀ ਦਾ ਨਾਮ ਲੈ ਲੈਂਦਾ ਹੀ ਅੱਛਾ ਬਾਜੀ ਇੱਥੇ ਰੱਖੋ ਉੱਤੋਂ ਦੀ ਆਉਂਦਾ ਹੀ ਐਂ ਕਰਕੇ ਸ਼ਿਕਰ ਤੁਰ ਕੇ ਨਾਮ ਲਿਆ ਹੋਇਆ ਕਿਉਂ ਸਾਡੀ ਸਮਨਾਬਾਦ ਵਾਲਾ ਗੋਲ ਚੱਕਰ ਮੂਲੀ ਗੱਲ ਚਲੋ ਮੈਂ ਰੋਣਾ ਕਰਨ ਅਗਲਾ ਗਾਣਾ ਜਿਹੜਾ ਗਾਓ ਤੇ ਬਾਬਾ ਗਾਣਾ ਸੁਣਾ छड़िया पाजी हरा बटन दवाओ
ਕੀ ਖਾ ਲੈਂਦੇ ਵੇਖ ਲੈ ਟਿਕਟ ਦਾ ਨੰਬਰ ਹੀ ਨਹੀਂ ਪੜੇ ਰਿਹਾ ਸੀਟ ਦਾ ਨੰਬਰ ਕੀ ਹੈ ਬਾਬੇ ਨੇ ਨਾਲ ਦੇ ਨੰਬਰ ਪੜ ਮੈਂ ਤੇਰਾ ਮੋਦੀ ਖਾ ਬੈਠਾ ਇੱਧਰ ਨੂੰ ਤੁਰੇ ਜਾਣੇ ਆ ਪਿੱਛੇ ਤੁਰੇ ਜਾਣੇ ਆ ਪਾਰਕ ਬਣ ਗਿਆ ਪਿੱਛੇ ਪਤਾ ਨਹੀਂ ਬਾਬੇ ਨੇ ਨਵਾਂ ਫੋਨ ਲਿਆ ਫੋਨ ਆਇਆ ਬੰਦਾ ਕਹਿੰਦਾ ਹਰਾ ਬਟਨ ਦਬਾਓ ਤੇ ਆਪਣੀ ਕਮੀਜ਼ ਵਾਲਾ ਦਬਾਉਣ ਲੱਗ ਮੈਂ ਬਾਬਾ ਗਾਣਾ ਸੁਣਾ ਬਾਬਾ ਬਾਬਾ ਗਾਣਾ ਸੁਣਾ ਦੇਣਾ ਜੀ ਗਾਣਾ ਸੁਣਾ ਦੇ ਬਸ਼ੀਰ ਲੁਹਾਰ ਦੀ ਮੰਗੇਤਰੇ ਚਲੋ ਗਾਣਾ ਸੁਣਾ ਦੇ ਚੱਲ ਬਾਬਾ ਛੜਿਆ ਨੇ ਦਿੱਲੀ ਲੁੱਟੀ ਛੜਿਆ ਨੇ ਦਿੱਲੀ ਲੁੱਟੀ ਤੂੰ ਪੈਰੇ ਦੀਵਾ ਬਾਲ ਕੇ ਤੈਨੂੰ ਆਡਾ ਬੰਤੋ ਦੀ ਰੋਟੀ ਲੈ ਉਹ ਸਹੀ ਵਜਾ ਇਹ ਸਹੀ ਭਲਾ ਕਿਉਂ ਨਹੀਂ ਵਜਾਉਣ ਦਿਆ ਕਿ ਲੋਕੀ ਮਰਾਸੀ ਸਮਝਣਗੇ ਲੈ ਸਮਝਣਗੇ ਅੱਗੇ ਬੜਾ ਉਹਦੇ ਮੂੰਹ ਤੋਂ ਬਾਟ ਢਿਲਕਣ ਡਿਆ ਨਾ ਬਾਬਾ ਉਹ ਕੁੜੀਆਂ ਵਾਲੀ ਢੋਲਕੀ ਹੁੰਦੀ ਵਿਆਹ ਵਾਲੀ ਆ ਕੁਤਰਿਆਂ ਮਾਰ ਵਜਾਉਣ ਵਾਲੀ ਤੈਨੂੰ ਪਤਾ ਲੱਗਣ ਦਿਆ ਚੱਲ ਵੇ ਬਾਬੇ ਦੇ ਮਗਰ ਹੋ ਜਾ ਚੱਲ ਬਾਬਾ ਗਾਣਾ ਛਣਿਆ ਨਹੀਂ ਦਿੱਲੀ ਲੁੱਟੀ ਤੂੰ ਪੈਰੇ ਦੀ ਬਾਲ ਕੇ ਸਾਨੂੰ ਆ ਜਾ ਬੰਤੋ ਨੀ ਰੋਟੀ ਲੈ ਜਾ ਬਾਬਾ ਤੂੰ ਇੰਨੇ ਵਿਆਹ ਅਟੈਂਡ ਕੀਤੇ ਹੁਣ ਤੇ ਤੇਰੀ ਫੂਫੂ ਵੀ ਮੁੱਕ ਗਈ ਲੋਕਾਂ ਨੇ ਘਿਓ ਮੁੱਕੇ ਹੁੰਦੇ ਨੇ ਚੰਗੀ ਭਲੀ ਫੂਫੂ ਹੁੰਦੀ ਬਾਬਾ ਉਹ ਫੂਫੂ ਹੁੰਦੀ ਕਿੰਨੀ ਗਈ ਨਹੀਂ ਕਿਤੇ ਹੁੰਦੀ ਹੈ ਬਾਬਾ ਜਿੱਦੋਂ ਹਵਾ ਨਿਕਲਦੀ ਉੱਥੇ ਉਂਗਲਾਂ ਰੱਖ ਲਿਆ ਕਰੋ ਤੂੰ ਕਹਿੰਦਾ ਨਾ ਫੂਫੂ ਆ ਤੇਰੀ ਫੂਫੂ ਪਿੱਛੋਂ ਤਾਂ ਹੀ ਜਾਣ ਡਈ ਆਈ ਆਵਾਜ਼ ਆ ਨਹੀਂ ਸਸਤੀ ਲੈਣੀ ਤੇ ਚੁਕੰਨਾ ਹੋ ਕੇ ਬਹਿਣਾ ਗੁਲਾਬੀ ਬਾਬਾ ਤੈਨੂੰ ਕਹਿ ਡਾਂਸ ਕਰ ਤੂੰ ਅੱਜ ਕੁੱਤੀ ਪੈਂਚਰ ਹੋ ਗਈ ਤੈਨੂੰ ਡਾਂਸ ਨਹੀਂ ਤੈਨੂੰ ਸਹੀ ਆਹਾ ਚੱਕਾ ਭਲਾ ਤੈਨੂੰ ਚੰਡਿਆ ਸਾਡੇ ਘਰ ਆਈ ਭਰਜਾਈ ਨੀ ਸਾਡੇ ਘਰ ਆਈ ਭਰਜਾਈ ਲੱਖਾਂ ਖੁਸ਼ੀਆਂ ਨਾਲ ਲੈ ਆਈ ਤੇ ਉਹ ਵਧਾਈ ਆਹਾ ਨੀ ਸਾਡੇ ਘਰ ਆਈ ਭਰਜਾਈ ਨੀ ਸਾਡੇ ਵੇ ਨੀ ਸਾਡੇ ਵੇ ਨੀ ਸਾਡੇ ਵੇ ਸਾਡੇ ਸਾਡੇ ਯਾਰਾ ਵੇ ਨੀ ਸਾਡੇ ਨੀ ਸਾਡੇ ਕੋਈ ਨਹੀਂ ਇਹਨਾਂ ਗੱਲਾਂ ਤੋਂ ਨਹੀਂ ਤੂੰ ਬਸੀ ਚੱਲ
ਵੇਖੇ ਨਾ ਬੱਚਿਆ ਕਿੱਡੇ ਸ਼ਰਾਰਤੀ ਨੇ ਦੋਸਤ ਹੈ। ਲੈ ਪੁੱਤਰ ਇਹ ਹੁਣ ਘਰ ਤੇਰਾ ਹੈ, ਇਸ ਘਰ ਨੂੰ ਹੁਣ ਤੂੰ ਸਾਂਭਣਾ ਵੇ। ਕੁੜੀ ਤੋਂ ਔਰਤ ਬਣਨ ਲੱਗਿਆ ਉਹਦੀ ਫੈਲਣ ਵਾਲੀ ਖੁਸ਼ਬੂ ਨੂੰ ਆਪਣੇ ਜਿਸਮ 'ਚ ਸਮਾ ਲਵੇਂਗੀ ਤੇ ਕਦੀ ਵੀ ਨਵਾਂ ਘਰ ਓਪਰਾ ਘਰ ਨਹੀਂ ਲੱਗੇਗਾ। ਮੈਂ ਵੀ ਜਦੋਂ ਆਈ ਸਾਂ ਨਾ ਵਿਆਹ ਕੇ ਤੇ ਅੱਜ ਤੱਕ ਉਹਦੀ ਖੁਸ਼ਬੂ ਦੇ ਵਿੱਚ ਮਸਤ ਹੈਗੀ ਆ ਮੈਂ। ਕੌਣ ਹੈ? शर्म वाली केड़ी गल है, अजे कल दी गल है, तू वोटी बन के बैठी से। मैं कुछ नहीं पता। याद कर, इत्थे तू वोटी बन के बैठी से, कल जो असा कीता अज साडे सामने आउण डिया। सोच समझ के गल करया करो, मैनू कुछ भी नहीं पता। ओए इत्थे तू वोटी बन के बैठी से, जदों मैं तैनू आण के आखिया सी। ओ मैं सौणा किथे यार, इत्थे सौण लई कोई जगह नहीं बनाई। आ है वड्डे कमरे च रजाईदा ही रखी, जाके सोवे। चल उत्थे सो जाके। उत्थे 20 बंदे सुते ने, ओदा ख्वाब ओनू आउण डिया, ओदा ख्वाब ओनू आउण डिया। सलामी दिती, वक्त कितना पाया ने। चलो चंगा रे, ਉਹ ਪੁੱਤਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਤੋਂ ਬਾਅਦ ਇਹ ਘਰ ਤੁਹਾਡਾ। ਅਸੀਂ ਦੋਵੇਂ ਜੀ ਹੁਣ ਬੁੱਢੇ ਹੋ ਗਏ ਆ, ਇਸ ਘਰ ਨੂੰ ਤੁਸਾਂ ਲੋਕਾਂ ਚਲਾਣਾ। ਇਹ ਮੋਟਰ ਕਿਹਨੇ ਚਲਾਣੀ ਏ? ਓਏ ਹੋਏ ਅੱਬਾ ਜੀ, ਤੁਸੀਂ ਇੱਥੇ ਕੀ ਕਰਦੇ ਪਏ ਹੋ? ਜਾਓ ਜਾ ਕੇ ਮੋਟਰ ਚਲਾਓ। ਓ ਮੈਂ ਧੀ ਰਾਣੀ ਨੂੰ ਦੱਸਣ ਲਿਆ ਹਾਂ ਕਿ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ। ਓਹੋ, ਅੱਜ ਦੇ ਦੌਰ ਵਿੱਚ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ, ਕੇਬਲ ਨੇ ਸਾਰਾ ਕੰਮ ਆਪੇ ਆਸਾਨ ਕਰ ਦਿੱਤਾ ਹੈ। तुम इधर क्यों आई हो? की गले? अलमारी की चाबियां दो मुझे। अब्बा जी तुम इधर की कर रहे हो? तू की कर रहे हैं? मैं तो अलमारी दी चाबियां लैन ली है। मम्मी अपने स्तूप दी चाबियां लैन ली है। हद हो गई है, अज सारी दी चाबियां आगे पीछे हो रही ने। चल तेनू चाबी दो। ओके डैडी, मैनू मेरी चाबी मिल गई। मैनू खरे अज ताले ही तोड़ना पैना। ओहो, मैं दसन डिया हां पुत्तर के इस घर दे विच। हाय हाय, ਤੁਸੀਂ ਤੇ ਕਿਸੇ ਪਾਸੇ ਜਾ ਕੇ ਸੌਵੋ, ਤੁਹਾਨੂੰ ਆਪਣੀ ਪਈ ਏ। ਤੁਸੀਂ ਜਾਓ ਨਾ ਕਿਸੇ ਪਾਸੇ ਜਾ ਕੇ ਸੌਵੋ, ਮਨ ਛੱਤੀ ਕੰਮ ਨੇ। ਕਿਹੜੇ ਤੈਨੂੰ ਛੱਤੀ ਕੰਮ ਨੇ? ਹਾਂ, ਜਿਨ੍ਹਾਂ ਦੇ ਕੰਮ ਨੇ ਉਹ ਆਪ ਹੀ ਕਰਨਗੇ। ਹਾਂ, ਅਸੀਂ ਪੋਰਚੀ ਖਾਨੇ 'ਚ ਜਾ ਕੇ ਬਈਏ ਚੁੱਲ੍ਹੇ ਅੱਗੇ। ਹਾਏ ਹਾਏ, ਖੈਰੀ ਸਲਾਹ ਸੀ ਕਿ ਚੁੱਲ੍ਹੇ ਅੱਗੇ ਬਈਏ? ਸਾਰੇ ਕਮਰੇ 'ਚ ਪਰਾਉਣੇ ਆ ਮੱਲੇ, ਪੋਰਚੀ ਖਾਨੇ ਵਿਹਲਾ, ਉੱਥੇ ਆਪਣੀ ਬਾਲ ਕੇ ਸੇਕਦੇ ਆ। ਤੁਸੀਂ ਚੱਲੋ ਤੇ ਮੈਂ ਸ਼ਗਨ ਪੂਰੇ ਕਰਕੇ ਤੇ ਆਨੀ ਆ। ਸ਼ਗਨ ਪੂਰੇ ਕਰਕੇ ਤੇ ਆ ਜਾਈ, ਮੈਂ ਤੈਨੂੰ ਅੱਜ 32 ਸਾਲ ਪੁਰਾਣੀ ਕਹਾਣੀ ਸੁਣਾਣੀ ਆ। ਮੁੜ ਮੁੜ ਕੇ ਉਹੀ ਪੁਰਾਣੀ ਕਹਾਣੀ। ਉਹ ਕਹਾਣੀ ਹਾਏ, ਕਿੱਥੇ ਢੂੰਡ ਗਏ ਨੇ ਸਾਰੇ? ਹਾਏ ਹਾਏ, ਤੁਸੀਂ ਆਪਣੀ ਕਿਹੜੀ ਫਿਲਮ ਸ਼ੁਰੂ ਕੀਤੀ ਏ? ਜਲਾਲੀਆਂ ਔਰ ਹੁੰਦੀਆਂ ਬੇੜੇ ਬਾਹਰ ਨਿਕਲ ਜਾਣਾ ਸਾਰੇ। ਹਾਏ, ਤੂੰ ਐਡਾ ਵੱਡਾ ਸੋਨੀ।
ਸੰਭਾਲ ਨਾਲ ਨਹੀਂ ਲੁਕਦਾ ਮੈਂ ਕੀ ਕਰਾਂ ਅੱਜ ਤੇ ਸਾਰੇ ਸ਼ਗਨ ਪੂਰੇ ਹੋਣਗੇ ਕਿਹੜੇ ਸ਼ਗਨ ਸਾਨੂੰ ਹਜ਼ਾਰ ਹਜ਼ਾਰ ਰੁਪਏ ਚਾਹੀਦਾ ਹੈ ਲੈ ਕਾ ਦਾ ਹਜ਼ਾਰ ਹਜ਼ਾਰ ਨਿਕਾਹ ਹੁਣ ਹੋ ਗਿਆ ਨਿਕਾਹ ਤੋਂ ਪਹਿਲੇ ਦੱਸ ਦੇ ਤੇ ਮੈਂ ਦੇ ਦਿੰਦਾ ਵੇ ਸ਼ਗਨ ਹੁੰਦੇ ਨੇ ਭੈਣਾਂ ਨੂੰ ਪੈਸੇ ਦੇਦੇ ਨੇ ਮਾਂ ਕਾਦੇ ਪੈਸੇ ਮੈਂ ਮੋਟਰ ਵੇ ਲੰਘ ਗਿਆ ਤੁਸੀਂ ਮੇਰਾ 500 ਰੁਪਿਆ ਦੇਣਾ ਸੀ ਤੇ 500 ਮੈਂ ਤੁਹਾਡੇ ਕੋਲ ਲੈਣਾ ਕਿੰਨਾ ਹੋ ਗਿਆ ਦਿਓ ਹਜ਼ਾਰ ਇਧਰ ਚਲੋ ਨਿਕਲ ਜਾਓ ਆ ਲਓ ਜੀ ਹਜ਼ਾਰ ਆਖਰੀ ਵਾਰੀ ਮੈਂ ਗੋਲ ਚੁੱਕਣੇ ਤੇ ਪਿਸਤੌਲ ਕੱਢ ਲੈਣੀ ਗੱਲ ਤੈਨੂੰ ਦੱਸਾਂ ਸਲਾਮ ਗੂੰਗੀ ਤੇ ਨਹੀਂ ਸਲਾਮ ਜਬ ਦੋ ਦਿਲ ਆਪਸ ਮੇ ਮਿਲਤੇ ਹੈ ਤੋ ਇੱਕ ਆਵਾਜ਼ ਆਤੀ ਹੈ ਯਾਰ ਮੈਂ ਸੌੜਾ ਕਿਤੇ ਵੇ ਉਹ ਕਮਾਲ ਬੱਚੇ ਦਾ ਅਰੇਂਜਮੈਂਟ ਹੀ ਕਰ ਲਿਆ ਕਮਾਲ ਹੈ ਉਹ ਅੰਮਾ ਨੇ ਸਾਰਿਆਂ ਦੇ ਸੌਣ ਦਾ ਇੰਤਜ਼ਾਮ ਕੀਤਾ ਹੈ ਉਹ ਯਾਰ ਕਿੰਨੇ ਨੇ ਬੰਦੇ ਹਾਂ ਜੀ ਔਰਤਾਂ ਦੇ ਕਮਰੇ ਜਾਂ ਖਾਲੀ ਹੈ ਅੱਛਾ ਹਾਂ ਇੱਕ ਕੁੜੀ ਉੱਥੇ ਭੇਜ ਦਿੰਦੇ ਆ ਅੱਛਾ ਮੈਂ ਤੇ ਤੂੰ ਇੱਥੇ ਸੌ ਜਾਂਦੇ ਆ ਨਿਕਲ ਜਾ ਇੱਥੋਂ ਮੇਰਾ ਵੀਰ ਸਿਰ ਦੋ ਘੰਟੇ ਹੋ ਨਿਕਲ ਜਾ ਯਾਰ ਤੇਰੀ ਮਿਹਰਬਾਨੀ ਸਿਰ ਦੋ ਘੰਟੇ ਯਾਰ ਕੀ ਕਰਨੇ ਆ ਬਾਂਗਾ ਹੋਣ ਵਾਲੀਆਂ ਨੇ ਨਿਕਲ ਜਾ ਤੇਰੀ ਮੈਂ ਹਾਂ ਮੈਂ ਆਪਕੋ ਬਤਾ ਰਹਾ ਥਾ ਕਿ ਜਬ ਦੋ ਦਿਲ ਆਪਸ ਮੇ ਮਿਲਤੇ ਹੈ ਤੋ ਇੱਕ ਆਵਾਜ਼ ਆਤੀ ਹੈ ਗੋਸ਼ਤ ਕਿੱਥੇ ਰੱਖਿਆ ਹੈ ਯਾਰ ਔਰ ਨਾ ਹੀ ਮੈਨੂੰ ਪੁੱਛਣ ਦੇ ਅਭੀ ਦੇਗਾ ਜੀ ਵੱਟੇ ਪਾਉਣੇ ਇਹ ਦੇਗਾ ਜੀ ਪਾ ਲਵੋ ਐਡਾ ਮਹਿੰਗਾ ਵਲੀਮਾ ਨਾ ਘਰ ਉਧਰ ਜਾ ਕੇ ਅੱਬੇ ਕੋਲੋਂ ਪੁੱਛੋ ਚਲੋ ਯਾਰ ਕੁੰਡੀ ਲਾ ਕੇ ਇੰਜ ਤੋਂ ਵੀ ਜੀ ਸੁੱਤੇ ਨੇ ਜਿਵੇਂ ਸੱਸੀ ਪੁੰਨੂ ਮਰੇ ਯਾਰ ਜਾ ਕੇ ਅੱਬੇ ਕੋਲੋਂ ਪੁੱਛ ਰਿਹਾ ਮੈਂ ਬੁਆ ਤੂੰ ਭੰਨਣ ਡਿਆ ਸੈ ਮਾਸੀ ਮੈਂ ਹੀ ਭੰਨਣ ਡਿਆ ਹੋਰ ਕੇਵਲ ਆਇਆ ਸੀ ਹਾਂ ਮੈਂ ਕਹਿ ਰਹਾ ਥਾ ਕਿ ਜਬ ਦੋ ਦਿਲ ਮਿਲਤੇ ਹੈ ਤੋ ਇੱਕ ਆਵਾਜ਼ ਆਤੀ ਹੈ ਕਿ ਲਓ ਫਿਰ ਤੁਸੀਂ ਵਾਰੀ ਲਾ ਲਓ ਮੈਂ ਬਾਹਰ ਬੈਠਾ ਉਹ ਕਿਤਨਾ ਬੜੀ ਹੈ ਤੈਨੂੰ ਸੱਪ ਨਜ਼ਰ ਆਣ ਡਿਆ ਜਿਹੜੀ 6 ਤੋਂ ਪੌੜੀ ਚੜ੍ਹਦੀ ਹੈ ਨਜ਼ਰ ਆਉਣ ਡਈ ਚੱਲ ਚੁੱਕੇ ਨੂੰ ਮਾਰ ਜਾ ਕੇ ਔਖੇ ਹੋ ਗਿਆ ਔਖਾ ਹੋ ਗਏ ਚੱਲ ਜਾ ਘਬਰਾਈ ਕੀ ਨਾਮ ਹੈ ਫਾਇਰਿੰਗ ਹੋਣ ਡਈ ਅੰਦਰ ਚੱਲ ਜਾ ਮਾਰ ਬੜੇ ਇਕੱਠੇ ਬੈਠੇ ਹੋ ਪੇਪਰ ਹੋਣੇ ਤੁਹਾਡੇ ਹਾਂ ਮੈਂ ਬਤਾ ਰਹਾ ਥਾ ਕਿ ਜਬ ਦੋ ਦਿਲ ਮਿਲਤੇ ਹੈ ਤੋ ਇੱਕ ਆਵਾਜ਼ ਆਤੀ ਹੈ ਸੋਚ ਕਿੱਥੇ ਲਾਉਣਾ ਹੈ ਬਾਹਰ ਨਹੀਂ ਜਾ ਰਹੀ ਉਧਰ ਜਾ ਮਾਰ ਬਾਹਰ ਕਮਰੇ ਚ ਕਿਸੇ ਚ ਇੱਥੇ ਸੋਚ ਲਾ ਦੇ ਬਾਅਦ ਚ ਬਲਬ ਨਿੱਛਾ ਮਾਰਦਾ ਫਿਰ ਯਾਰ ਉਧਰ ਤੈਨੂੰ ਕਿਸੇ ਕਮਰੇ ਚ ਬੱਤੀ ਨਜ਼ਰ ਨਹੀਂ ਆਈ ਸਾਰੇ ਦਰਵਾਜ਼ੇ ਬੰਦ ਨੇ ਆ ਇਹ ਸੋਚਿਆ ਗਈ ਇੱਥੇ ਲਾ ਦੇ ਨਹੀਂ ਨਹੀਂ ਉਧਰ ਜਾ ਕੇ ਲਾ ਚੱਲ ਇੱਥੇ ਲਾ ਦੇ ਇੱਥੇ ਕਿਹੜਾ ਡੈਕ ਲਾ ਕੇ ਤੂੰ ਭਾਬੀ ਨਚਾਉਣੀ ਇੱਧਰ ਮਾਰ ਕੀ ਹਾਲ ਹੈ ਭਾਬੀ ਰਾਜੀ ਕਵਿਤਾ ਹੈਲੋ ਹਾਂਜੀ ਜੰਮੂ ਸਾਰੀ ਨੂੰ ਕੀੜਾ ਨਾ ਲਾਓ ਇੱਧਰ ਚਲੋ ਚਲੋ ਸ਼ਾਬਾਸ਼ ਚਲੋ ਨਿਕਲੋ ਬਤੀਤ ਹੀ ਹੋ ਗਿਆ ਯਾਰ ਛੋਟਾ ਫੁੱਲ ਐ ਵੱਡਾ ਫੁੱਲ ਆ ਤਮੀਜ਼ ਕਰ ਗੋਪੀ ਦੇ ਵਿੱਚ ਫੁੱਲ ਤੂੰ ਨਹੀਂ ਤੂੰ ਵੀ ਧੀਆਂ ਪੈਣਾ ਵਾਲਾ
ਸਾਡੇ ਇੱਕ ਵਾਰੀ ਮੇਰੇ ਨਾਲ ਵੈਗਨ ਚ ਬੈਠਾ ਤੇ ਮੇਰੀ ਕੂਣੀ ਬਾਹਰ ਸੀ, ਮੈਨੂੰ ਆਂਦਾ ਕੂਣੀ ਅੰਦਰ ਕਰ, ਮੈਂ ਅੰਦਰ ਕੀਤੀ, ਇਹਦੀਆਂ ਅੱਖਾਂ ਬਾਹਰ ਆ ਗਈ। ਇਹ ਤਰੇ ਬਲੇਡਾਂ ਦੀ ਸੇਫਟੀ ਸਿਰਫ ਤੇਰੀ ਵਜ੍ਹਾ ਤੋਂ ਯਾਦ ਹੋਈ। ਇਹ ਮੈਂ ਆ ਗਿਆ ਚੌਧਰੀ ਜੀ। ਹਾਂਜੀ ਗੋਬੀ ਜੀ, ਕੀ ਪਾਣਾ? ਆ ਛੋਟੀ ਭੈਣ ਵਾਲ ਹੈ। ਇਹਦਾ ਤੇ ਪਤਾ ਕਰ ਲੋ ਕੁੜੀ ਪਿੱਛੇ ਆ ਜਾਂ ਮੇਰੇ ਪਿੱਛੇ ਆ। ਉਧਰੋਂ ਸਾਰੇ ਉਧਰੋਂ ਜੇ ਆਪ ਗੱਲ ਕਰ। ਤੂੰ ਤੇ ਨੱਕ ਉਧਰ ਰੱਖ, ਮੇਰਾ ਕੰਨ ਪਾੜਨਾ ਹੀ। ਤੇ ਤੈਨੂੰ ਹਰ ਸ਼ੈ ਪਾਟਣ ਦੀ ਫਿਕਰ ਹੁੰਦੀ। ਗੁੱਡ ਪਹੁੰਚ ਜਾਂਦੇ ਤੁਮ ਲੋਕ। ਕਿਆ ਹਾਲ ਹੈ ਸ਼ਰਾਬ ਬਾਊ? ਠੀਕ ਹੈ ਯਾਰ ਬਾਊ। ਇਹ 99 ਤੇ ਸੱਪ ਕੋਈ ਡੰਗ ਮਾਰਦਾ, ਮੈਨੂੰ ਸਮਝ ਨਹੀਂ ਆ ਰਹੀ। ਤੇ ਤੈਨੂੰ ਸੱਪ ਨਜ਼ਰ ਆਣ ਡਿਆ ਜਿਹੜੀ 6 ਤੋਂ ਪੌੜੀ ਚੜਦੀ ਏ, ਨਹੀਂ ਨਜ਼ਰ ਆਉਣ ਡਈ? ਚੱਲ ਚੁੱਕੇ ਨੂੰ ਮਾਰ ਜਾ ਕੇ। ਲੈ ਔਖੇ ਹੋ ਗਏ, ਔਖਾ ਹੋ ਗਏ। ਚੱਲ ਜਾ, ਜਾ ਰਹੀ ਹੈ, ਜਾ ਰਹੀ ਹੈ, ਤੇਰੇ ਜਾ ਰਹੀ ਹੈ। ਘਬਰਾਈ ਨਾ, ਘਬਰਾਈ ਨਾ, ਤੇਰੇ ਯਾਰ ਗਏ। ਘਬਰਾਈ ਕੀ ਨਾਮ ਹੈ? ਫਾਇਰਿੰਗ ਹੋਣ ਡਈ ਅੰਦਰ। ਚੱਲ ਜਾ ਬਾਹਰ। ਬੜੇ ਇਕੱਠੇ ਬੈਠੇ ਹੋ, ਪੇਪਰ ਹੋਣੇ ਤੁਹਾਡੇ? ਭੈਣ ਨੇ ਕੁੰਡੀ ਵੀ ਤੋੜ ਛੱਡੀ। ਹਾਂ ਮੈਂ ਬਤਾ ਰਹਾ ਥਾ ਕਿ ਜਬ ਦੋ ਦਿਲ ਮਿਲਤੇ ਹੈ ਤੋ ਇੱਕ ਆਵਾਜ਼ ਆਤੀ ਹੈ। ਸੋਚ ਕਿੱਥੇ ਲਾਉਣਾ ਹੈ? ਬਾਹਰ ਨਹੀਂ ਲਾ ਦੇ ਇੱਥੇ। ਉਧਰ ਜਾ ਮਰ, ਬਾਹਰ ਕਮਰੇ ਚ ਕਿਸੇ ਚ। ਇੱਥੇ ਸੋਚ ਲਾ ਦਿਆ, ਬਾਅਦ ਚ ਬਲਬ ਨਿੱਛਾ ਮਾਰਦਾ ਫਿਰ। ਯਾਰ ਉਧਰ ਤੈਨੂੰ ਕਿਸੇ ਕਮਰੇ ਚ ਬੱਤੀ ਨਜ਼ਰ ਨਹੀਂ ਆਈ? ਸਾਰੇ ਦਰਵਾਜ਼ੇ ਬੰਦ ਨਹੀਂ ਆ, ਇਹ ਸੋਚਿਆ ਗਈ ਇੱਥੇ ਲਾ ਦੇ। ਨਹੀਂ ਨਹੀਂ ਉਧਰ ਜਾ ਕੇ ਲਾ। ਚੱਲ ਇੱਥੇ ਲਾ ਦੇ, ਇੱਥੇ ਕਿਹੜਾ ਡੈਕ ਲਾ ਕੇ ਤੂੰ ਭਾਬੀ ਨਚਾਉਣੀ? ਇੱਧਰ ਮਾਰ। ਕੀ ਹਾਲ ਹੈ ਭਾਬੀ? ਰਾਜੀ ਕਵਿਤਾ? ਹੈਲੋ। ਹਾਂਜੀ ਜੇ ਮੁਸਾਰੀ ਨੂੰ ਕੀ ਡਰਨ ਲਾਓ, ਇੱਧਰ ਚਲੋ ਚਲੋ ਸ਼ਾਬਾਸ਼, ਚਲੋ ਨਿਕਲੋ। ਵਜੀਦ ਹੀ ਹੋ ਗਏ ਯਾਰ। ਛੋਟਾ ਫੁੱਲ ਐ ਵੱਡਾ ਫੁੱਲ। ਆ ਤਮੀਜ਼ਦਾਰ ਗੋਪੀ ਦੇ ਵਿੱਚ ਫੁੱਲ ਤੂੰ ਨਹੀਂ, ਤੂੰ ਵੀ ਦੀਆਂ ਪੈਣਾ ਵਾਲਾ। ਤੂੰ ਸਾਡੇ ਘਰ ਮੇਰੇ ਨਾਲ ਵੈਗਨ ਚ ਬੈਠਾ ਤੇ ਮੇਰੀ ਕੂਣੀ ਬਾਹਰ ਸੀ, ਮੈਨੂੰ ਆਂਦਾ ਕੂਣੀ ਅੰਦਰ ਕਰ, ਮੈਂ ਅੰਦਰ ਕੀਤੀ, ਇਹਦੀਆਂ ਅੱਖਾਂ ਬਾਹਰ ਆ ਗਈ। ਇਹ ਤਰੇ ਬਲੇਡਾਂ ਦੀ ਸੇਫਟੀ ਸਿਰਫ ਤੇਰੀ ਵਜ੍ਹਾ ਤੋਂ ਯਾਦ ਹੋਈ। ਉਹ ਕਾਫੀ ਫੁੱਲ ਚੱਲ ਤੂੰ ਤੇ ਨੱਕ ਉਧਰ ਰੱਖ, ਮੇਰਾ ਕੰਨ ਪਾੜਨਾ ਹੀ। ਤੈਨੂੰ ਹਰ ਸ਼ੈ ਪਾਟਣ ਦੀ ਫਿਕਰ ਹੁੰਦੀ। ਮੇਰੀ ਜ਼ਿੰਦਗੀ ਵਿਗੜਿਆ ਥਾ ਗਏ। ਬੈਠ ਜਾ, ਇਹ 5 ਮਿੰਟ ਲੱਗ ਜਾਣੇ ਨੇ। ਤੁਹਾਡੇ ਘਰ ਬੰਦੇ ਪੜ ਗਏ ਨੇ, ਉੱਥੇ ਫੜਦਾ ਫੁੜਦਾ ਕੋਈ ਯਾਦ ਕਿਉਂ ਹੁੰਦਾ? ਅਦਬੀ ਸ਼ੇਰ ਹੈ ਜੀ ਜੀ ਬਈ, ਮੈਂ ਪੈਪਸੀ ਪੀ ਕੇ ਰੱਖ ਦਿੱਤੀ। ਕਿਉਂ? ਮੋਗਾ ਹੀ ਸੀ। ਮੇਰੇ ਨਾਲ ਕਿਨਾਰ ਹੋ, ਸ਼ਾਦੀ ਫਾਇਦੇ ਚ ਰਵੋਗੇ। ਛੱਡ ਦਿਓ, ਤੁਹਾਨੂੰ ਤਾਂ ਘੰਟਾ ਨਹੀਂ ਕੱਢਣਾ ਜਾਣ ਦੇ। ਅਜਾ ਕੰਮ ਕਰ, ਪਹਿਲੇ ਵੀ ਸਾਡੇ ਘਰ ਰਿਸ਼ਤਾ ਵੇਖਣ ਆਇਆ ਸੀ। ਮੇਰੀ ਮਾਂ ਆਂਦੀ ਮੁੰਡਾ ਵੇਖ ਲਿਆ, ਉਹ ਆਂਦੇ ਨੇ ਮੁੰਡਾ ਤੇ ਵੇਖ ਲਿਆ, ਇਹਨੂੰ ਹੁਣ ਡਾਕਟਰ ਨੂੰ ਵਿਖਾਓ। ਮੇਰਾ ਪਿਓ ਮੈਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਮੈਨੂੰ ਵੇਂਦੇ ਆਂਦਾ ਇਹਨੂੰ ਤੇ ਘੰਟਾ ਨਹੀਂ ਕੱਢਣਾ। ਮੈਂ ਡਾਕਟਰ ਦੇ ਘਰ 1.5 ਘੰਟਾ ਕੱਢਿਆ। ਤੇ ਸਾਡਾ ਠਹਿਰ ਜਾ ਕਿਹੜਾ ਪਹਿਲੇ ਮੈਨੂੰ ਟਰਾਈ ਦੇਗਾ।
ਬੜਾ ਅੱਛਾ ਬੰਦਾ ਹਾਂ ਪਿੰਡ 'ਚ ਕੋਈ ਫੈਸਲਾ ਹੋਣਾ ਹੋਵੇ ਭਾਂਣ ਦਾ ਨਾਂ ਅੱਛਾ ਪਿੰਡ 'ਚ ਬੱਕਰੀ ਚੁੱਕੀ ਜਾਵੇ ਭਾਂਣ ਦਾ ਨਾਂ ਮੱਝ 'ਚ ਪੱਖਾ ਲੱਸੇ ਭਾਂਣ ਦਾ ਨਾਂ ਪੰਚਾਇਤ 'ਚ ਫੈਸਲਾ ਕਰਨਾ ਹੋਵੇ ਭਾਂਣ ਦਾ ਨਾਂ ਹਾਂ ਇਹਦੀ ਭੈਣ ਦੇ ਘਰ ਬੱਚੀ ਬੱਚਾ ਹੋ ਜਾਵੇ ਭਾਂਣ ਦਾ ਨਾਂ ਇਸ ਨਾਲ ਸ਼ਾਦੀ ਨਾ ਕਰਨਾ ਇੱਕ ਵਾਰੀ ਮੈਂ ਖਾਬ ਵਿੱਚ ਵੇਖਿਆ ਜੰਨਤ ਵਿੱਚ ਬੈਠਾ ਹੂਰ ਦੇ ਨਾਲ ਅੱਛਾ ਮੈਂ ਫਰਿਸ਼ਤਿਆਂ ਨੂੰ ਪੁੱਛਿਆ ਮੈਂ ਕਿ ਖੈਰ ਇਹਨੂੰ ਤੇ ਸਜ਼ਾ ਹੋਣੀ ਸੀ ਉਹ ਆਂਦੇ ਨਾ ਹੂਰ ਨੂੰ ਸਜ਼ਾ ਦਿੱਤੀ ਹੋਈ ਮਾਸ਼ਾਅੱਲਾ ਕਿਤੇ ਕਿਤੇ ਕਾਂਟੇ ਨੇ ਇੱਕ ਅੱਧਾ ਝੂਟਾ ਲੈ ਲਈਏ ਇਹ ਕਾਂਟੇ ਛੋਟੇ ਆ ਜਿਹੜਾ ਝੂਟਾ ਨਹੀਂ ਲਿਆ ਜਾਣਾ ਮਸਤਾਨੇ ਬੱਸ ਮੈਂ ਤੇ ਪੀਂਗ ਉਦੋਂ ਛਾਣਨਾ ਜਦੋਂ ਫੱਟੀਆਂ ਟੁੱਟ ਜਾਣ ਲਾਪਸ ਵਿੱਚ ਮਿਲਤੇ ਹੈ ਤੋ ਇੱਕ ਆਵਾਜ਼ ਆਤੀ ਹੈ ਅਸਾਂ ਦੇ ਠੀਪੇ ਆਏ ਨੇ ਜੀ ਅਸਾਂ ਦੇ ਠੀਪੇ ਆਏ ਇਹ ਗੱਲਾਂ ਬੰਨ ਲਵੋ ਅੱਪੀ ਜੀ ਬਤਮੀ ਹਾਂ मैं बता रहा था कि जब दो दिल आपस में मिलते पैर तो कर लो पैर तो कर लो क्यों है वो लूडो जो एक सांप बच गया जब दो दिल आपस में मिलते हैं तो एक आवाज आती है कि साडा सोच ला दे तू एडा आसान ना कर अल्लाह ने सोच दिते ने ते चढ़ के खा सदा सोच नहीं रहने अपन चल एक सोच बंद ते 100 सोच खुला ही मैं सुन ये भी ले जा नहीं मैं हां तो भाई यार मैं तो कहना इथे ही आ जाओ चार गल करनी दुख सुख इतनी बोल ली हाँ मैं बता रहा था कि जब दो दिल आपस में मिलते हैं तो एक आवाज आती है बल्कि खंग आती है हाँ जी यार खंग वाला सीरम कितने तेरे थले तेरे पिया बहुत अच्छे मैं डिस्पेंसरी को बैठा जा शाबाश मार ओ यार साइकिल च पाई दे रहे पहिए च ओए तेरी भी मत बजी है चूल्हे च पाई दे ओए ਇੱਥੇ ਉਸ ਤਰ੍ਹਾਂ ਤੇਲ ਹੋਈ ਨਾ ਤੈਨੂੰ ਉਸ ਤਰ੍ਹਾਂ ਨਾਲ ਕੀ ਮੋਜੇ ਨਾਲ ਮੈਂ ਸ਼ੇਵ ਕਰਾਇਆ ਕਰ ਚੱਲ ਨਿਕਲ ਤੂੰ ਇੰਤਹਾਈ ਹਾਂ ਮੈਂ ਕਹਿ ਰਹਾ ਥਾ ਕਿ ਜਬ ਲਾਲਾ ਸੰਡੇ ਮੈਂ ਕੀ ਜੰਤਰੀ ਲੈ ਕੇ ਬੈਠਾ ਯਾਰ ਪੁੱਛ ਲਈ ਤਾਂ ਕੀ ਹੋ ਗਿਆ ਯਾਰ ਸੈਜਟੇ ਹੈ ਓ ਥੈਂਕ ਯੂ ਯਾਰ ਐਸੀ ਜ਼ਰਾ ਡਾਊਟਸ ਹੋ ਰਹਾ ਤਾ ਮੁਝੇ मैं कह रहा था कि यार की समझ नहीं आ रही यार छोटा भाई इकबाल दसो यार की होया यार एक मिनट यार पीछे हट जी भागल खान जरा एक मिनट अल्लाह खैर कर मैं जाऊंगा कल दा 100 लुकाया सी लपण नहीं सी डया आया बारिशों ने बड़ी तबाही लाई असी तेरा विआह कीता तू घर छड़ के चला घुट चुके छत डिग पी हाथ हो गई वैसे शरीफ लगे जब दो दिन आपस में मिल गए तो
शर्म नहीं आई चपेट खा ली है और रोटी तू इंज खाना जिम्मे तेरी कुश्ती है तेन शर्म नहीं आई पूरे इलाके च बाले की नाक ही कटवाती कोई गल तो ऐसी हुई होनी है ना किस तरह हो सकता कि चपेट कट मारे अपा जी मैं झूठ बोलन दे झांडी कट मारी है मैं जाके घुंड चुके उन्हें अपने आप च पहले फूक भरी है फिर चंड कट मारी है मैं समझा कि फूक भरन का प्रेशर बनया तो चंड निकल गई मगर नहीं मैं उसकी अखां च देखा तो एक वहशत सी और तैनू हुण वहशत नजर आन दई है गल्लां करन दे और बाले दा भरा हो गए उच भेड़ ही खा ली और अंदर फलूता पिया सी आए मैनू तो इंज लगा मैनू एकदम आके किसी ने कहता तू मैट्रिक चो फेल हो गए हल सोचो की है एक हल इन वापस भेजो साकादारी कुड़माचारी रिश्तेदारी कुछ दे ख्याल कर लो ये सारिया दारियां तो मैं ही ख्याल कर ले चांडी कट मारी यार ओ चांड दे कट मारी ओ चांडी खा ली यार मैनू तो गुस्सा चढ़न दिया मेरी मनो ते डंडे फड़ लो इंडियन फिल्म कोई शुरू हो जाओ तो लत्ता पा दे ओए काका ओए भी किसी की धी भैन है तो मैं किसी का धी पुत्र नहीं मेरे मुंह ते चंड मारी दसो पहले एक भरा थले लग गया सी ਹੁਣ ਦੂਸਰਾ ਵੀ ਥੱਲੇ ਲੱਗ ਗਿਆ ਘਰ ਦਾ ਤੇ ਬੇੜੇ ਗਰਕ ਹੋ ਗਿਆ ਨਾ ਵੇ ਕੀ ਬੇੜਾ ਗਰਕ ਤੇ ਤੁਹਾਡੇ ਘਰ ਸੀ ਹਾਂ ਉਹ ਹੋਸ਼ ਕੀ ਨਾ ਉਸਨੇ ਮਸਾਲ ਕੇ ਤੌਰ ਤੇ ਬਾਤ ਕੀ ਹੈ ਆ ਕੋਈ ਇਹਨਾਂ ਨੂੰ ਹਿਆ ਕੇ ਸਾਡਾ ਵੱਡਾ ਮੈਨੂੰ ਤਾਂ ਗੁੱਸਾ ਚੜਿਆ ਨਾ ਮੈਂ ਤੇਰੇ ਮੂੰਹ ਹੀ ਲਾਤਾ ਆ ਬਲੀ ਇੱਕ ਕਾਲ ਨਹੀਂ ਕੀ ਹੈ ਉਨ ਤੇ ਹੱਥ ਉਠਾਓਗੇ ਆਹੋ ਉਨ ਤੇ ਉਨ ਕੋ ਪਹਿਲੇ ਟੈਂਪਰੇਚਰ ਹੈ ਚੱਲ ਇੱਧਰ ਤੋਂ ਹੋ ਜਾ ਚੱਲ 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 पता सी टेलीनोर की सिम है तुसी ख्याल करदे तुसी मोबलिंग ते बूस्टर नाल विआह छड्डी नाम मुराद मियां बीवी लगते ही नहीं वो लगता है ट्रांसफार्मर ना गुड्डी चमड़ी ओ भाई जा तेरी खैर होवे चल आ जा अपना स्कूटा जेन चल तुम दिल पे बात ना लगाना वीजा आने की देर है वो कौड़े शिफ्ट हो जाएंगे अब्बा हजूर इतो साहब ला ले दी इज्जत दा इनू कौड़े भी बगैर वीजे तो नहीं बढ़न दे लड़ाई मोके जाओ बाल बूल ठीक कर अपने चल जा तुम्हें नवी मुसीबत पाती सीधा यार झांडी कट मारी चंगे भले मुंडे नु रिश्ते आंदे मैनु ए दसो ए रिश्ता किने कराया बाबे धन्ने ने बाबा धन्ना लख लख मुबारक आवे ਜਿਵੇਂ ਲੱਖ ਲੱਖ ਲਾਂਟਾ ਨਹੀਂ ਪਾਈਦੀਆਂ ਲੱਖ ਲੱਖ ਮੁਬਾਰਕਾਂ ਇੱਧਰ ਆਏ ਨਾ 6-7 ਘੰਟੇ ਚੁੱਕੰਗੀ ਵਾਣ ਵਾਲੇ ਆ ਇਹ ਰਿਸ਼ਤਾ ਤੂੰ ਕਰਾਇਆ ਸੀ ਮੈਂ ਨੇਕੀ ਦੇ ਕੰਮ ਕਰਕੇ ਕਦੀ ਰੌਲਾ ਨਹੀਂ ਪਾਇਆ ਨਹੀਂ ਨਹੀਂ ਸਹੀ ਗੱਲ ਤੇਰਾ ਕੋ ਪੈਰ ਮੇ ਤੇ ਤੂੰ ਫੇਰ ਰੌਲਾ ਪਾਉਂਦਾ ਮੈਂ 10 ਲੱਖ ਰੁਪਏ ਮਸ਼ੀਨ ਨੂੰ ਦਿੱਤੇ ਚੰਦਾ ਮੈਂ ਸਾਈਨ ਨਹੀਂ ਕੀਤੇ ਕਹਿੰਦੇ ਸਾਈਨ ਨਹੀਂ ਕੀਤੇ ਮੈਂ ਕਿਹਾ ਨੇਕੀ ਦੇ ਕੰਮ ਮੈਂ ਨਹੀਂ ਕਦੀ ਨਾਮ ਲਿਆ ਬੜਾ ਨੇਕੀ ਦਾ ਕੰਮ ਕੀਤਾ ਈ ਕਿਵੇਂ ਤੇਰਾ ਇਹਸਾਨ ਲਾਈਏ ਅਸੀਂ ਉਹ ਬਸ਼ਰ ਮਿੰਦਾ ਨਾ ਕਰੋ ਯਾਰ ਨਹੀਂ ਨਹੀਂ ਯਾਰ ਤੂੰ ਕਦੋਂ ਨਹੀਂ ਦੱਸ ਤੂੰ ਕਿਸ ਤਰ੍ਹਾਂ ਸਾਲ ਲਾਈਏ ਉਹ ਬੱਚੀ ਦਾ ਰਿਸ਼ਤਾ ਮੇਰੇ ਪੁੱਤਰ ਨੂੰ ਦੇ ਦਿਓ ਲੱਖ ਲਾਣਾ ਵੀ ਤੇਰੇ ਤੇ
ਇੱਕ ਤੇ ਸਾਡਾ ਘਰ ਬਰਬਾਦ ਕੀਤਾ ਈ ਉਤੋਂ ਮੇਰੀ ਬੱਚੀ ਦਾ ਰਿਸ਼ਤਾ ਮੰਗਣ ਡਿਆ ਵੇ ਇਹਦਾ ਸਿਰ ਪਾੜ ਤੇ ਫੜ ਕੇ ਤੇ ਗੱਲਾਂ ਕਰਨ ਲਿਆ ਇੱਕ ਸਾਡੇ ਘਰ ਚ ਮੁਸੀਬਤ ਪਈ ਉਤੋਂ ਗੱਲਾਂ ਕਰਨ ਲਿਆ ਕਿੰਨੀਆਂ ਦੇ ਪਾਣੀ ਪੈ ਗਿਆ ਹੋਇਆ ਕੀ ਉਹ ਤੇਰੀ ਸਾਕੜੀ ਨੇ ਮੇਰੇ ਮੂੰਹ ਤੇ ਚੰਨ ਕੱਢ ਮਾਰੀ ਏ ਤੂੰ ਘਬਰਾ ਕੇ ਕੋਈ ਗੱਲ ਪੁੱਠੀ ਕੀਤੀ ਹੋਣੀ ਕੀ ਪੁੱਠੀ ਗੱਲ ਕੀਤੀ ਮੈਂ ਉਹਨੂੰ ਕਿਹਾ ਉਲਟ ਬਾਤ ਕੇ ਲਾ ਕੇ ਬਹਾ ਮੈਂ ਹੋਇਆ ਕੀ ਹੋਣਾ ਕੀ ਬਚਾਉਂਦੀਆਂ ਘੁਣ ਚੁੱਕੇ ਤੇ ਉਹਨੂੰ ਚੰਨ ਮਾਰਦੀ ਏ ਜਾਣੇ ਕੌਣ ਕੱਟੂ ਦੀ ਤਾਂ ਇਹੋ ਤੇ ਤੂੰ ਕੰਮ ਖਰਾਬ ਕੀਤਾ ਉਪਰੀ ਲੜਕੀ ਏ ਨਾ ਤੇਰੀ ਵਾਰਤ ਨਾ ਗੱਲਾਂ ਕਹਿੰਦੇ ਉਹਦਾ ਫਰੀ ਹੋ ਫਰੀ ਕੀ ਉਹਨੂੰ ਕੁਤਕਤਾਰੀਆਂ ਕੱਢਣ ਲੱਗ ਪਓ ਕਰਮਾਲੀਆ ਤੇਰੀ ਮੁੰਦਰੀ ਵੱਡੀ ਲਿਆ ਦਿਆਂਗਾ ਓਏ ਇਹੋ ਜਿਹੇ ਮਸ਼ਵਰੇ ਨਾ ਤੇ ਉਹਨੂੰ ਬਲੌਜ ਨੇ ਚਪੇੜ ਮਾਰੀ ਏ ਉਹਨੂੰ ਪੁੱਛੋ ਵਜ੍ਹਾ ਕੀ ਏ ਕਾਹਦੇ ਤੋਂ ਚਪੇੜ ਮਾਰੀ ਹੋ ਕਿਆ ਬੇਟਾ ਜਾ ਪਤਾ ਕਰ ਗਿਆ ਨਹੀਂ ਮੈਂ ਨਹੀਂ ਜਾਣਾ ਪਾਗਲ ਸੀ ਲੜਕੀ ਮੈਂ ਤੈਨੂੰ ਜਾ ਰਹੀ ਸ਼ਕੀਲਾ ਬੇਟਾ ਤੂੰ ਜਾ ਮੈਂ ਇਹਦਾ ਤੇ ਮੋਹ ਹੀ ਨਹੀਂ ਲੱਗਦੀ ਕਿਉਂ ਪਾਣੀ ਵਾਲਾ ਜਾ ਕੇ ਨਹੀਂ ਉਹ ਨਹੀਂ ਕਿਧਰੇ ਜਾਂਦੀ ਉਹ ਆਪਣੇ ਖੋਖੇ ਤੋਂ ਨਹੀਂ ਉੱਠਦੀ ਮੈਂ ਲੈ ਕੇ ਆਉਂਦਾ ਜੋ ਉਹਨਾਂ ਨੇ ਕੋਈ ਬਦਤਮੀਜ਼ੀ ਕੀਤੀ ਮੈਂ ਠੁੱਡੇ ਮਾਰਾਂਗਾ ਅੱਗੇ ਚਪੇੜ ਖਾ ਕੇ ਇੱਥੇ ਰੋਣ ਡਿਆ ਹੁਣ ਠੁੱਡੇ ਮਾਰੇਗਾ ਤੂੰ ਜ਼ਰੂਰੀ ਜਾਣੇ ਤੇ ਜਾ ਕੁੜੀਏ ਨੂੰ ਹੈਲਮਟ ਲਿਆ ਕੇ ਦੇ ਅੰਦਰੋਂ ਜਾ ਹੱਥ ਹੋ ਗਈ ਤੁਹਾਡੇ ਵਾਲੇ ਵੀ ਤੂੰ ਬਹਿ ਇੱਥੇ ਮੈਂ ਲੈ ਕੇ ਆਨੀ ਆ ਪਰੇ ਉਹ ਚਾਂਦੀ ਮਾਰਤੀ ਯਾਰ ਚਲੋ ਚਲੋ ਸ਼ਕੀਨਾ ਦੇਖਣਾ ਜ਼ਿਆਦਾ ਦੂਰ ਨਾ ਜਾਣਾ ਸ਼ਕੀਨਾ ਜ਼ਿਆਦਾ ਦੂਰ ਨਾ ਜਾਣਾ ਜਾ ਕੇ ਤਾਂ ਅੱਬੂ ਕੋ ਬਤਾ ਕੇ ਜਾਣਾ ਸ਼ਹਿਜ਼ਾਦ ਸ਼ਹਿਜ਼ਾਦ ਕੀ ਹੋ ਗਿਆ ਤੁਮਕੋ ਇੰਪੋਸੀਬਲ ਲਾੜਾ ਸਵੇਰੇ ਸਵੇਰ ਬੈਠਾ ਹੋਵੇ ਪਾਰ ਜਾਂਦੇ ਕੁਛ ਨੀ ਹੋਇਆ ਕੁਛ ਨੀ ਹੋਇਆ ਗੱਲ ਕੀ ਹੋਈ ਹੈ ਬਾਜੀ ਕੀ ਹੈ ਉਹ ਭੈਣ ਮੇਰੀ ਕੀ ਦੱਸਾਂ ਪਹਿਲੀ ਰਾਤ ਦੀ ਵਹੁਟੀ ਨੇ ਮੁੰਡੇ ਦੇ ਮੂੰਹ ਤੇ ਚਪੇੜ ਕੱਢ ਮਾਰੀ ਹੋਏ ਮੈਂ ਮਰ ਗਈ ਹੋਏ ਹੋਏ ਵਹੁਟੀ ਨੇ ਪਹਿਲੀ ਰਾਤ ਦੀ ਮੁੰਡੇ ਦੇ ਮੂੰਹ ਤੇ ਚੱਟ ਕੱਢ ਮਾਰੀ ਆਮ ਸੀ ਤੇ ਲਾਣ ਕਰਾ ਜੇ ਉਹ ਕਿੰਨੂੰ ਦੱਸ ਦਿੱਤਾ ਜੇ ਉਹ ਤੇ ਆਂਡਾ ਤੋੜੇ ਤੇ ਗੰਡਾ ਨਿਕਲਿਆ ਤੇ ਦਰੀਆਂ ਵਿਛਾ ਲੈਂਦੀ ਏ ਉਹ ਚਪੇੜ ਹੀ ਮਾਰੀ ਨਾ ਮੂੰਹ ਤੇ ਪਹਿਲੀ ਰਾਤ ਮੇਰੀ ਬੁੱਢੀ ਨੇ ਮੈਨੂੰ ਛਿੱਤਰ ਮਾਰੇ ਸਨ ਕਿਸ਼ਤਾਂ
ਕੀ ਪਤਾ ਲੱਗ ਗਿਆ ਯਾਰ ਤੁਹਾਨੂੰ? ਸਾਨੂੰ ਸਾਰਾ ਪਤਾ ਲੱਗ ਗਿਆ। ਇਸ ਤਰ੍ਹਾਂ ਯਾਰ ਆ, ਇਸ ਤਰ੍ਹਾਂ ਲੰਗੋਟੀ ਆ। ਸਾਨੂੰ ਸਾਰਾ ਪਤਾ ਲੱਗ ਗਿਆ, ਸੰਤੇ ਵੀ ਪਤਾ ਲੱਗ ਗਿਆ ਕਿ ਰਾਤੀ 3 ਵਜੇ ਬੱਤੀ ਗਈ ਸੀ। ਇਹ ਤੈਨੂੰ ਕਿਹਨੇ ਕਿਹਾ? ਸਾਨੂੰ ਤਾਂ ਦੱਸਣ ਵਾਲੇ ਨੇ ਇਹ ਵੀ ਦੱਸਿਆ ਕਿ ਤੂੰ ਰਾਤੀ ਭਾਬੀ ਕੋਲੋਂ ਤਾਸ਼ ਵਿੱਚ 1500 ਰੁਪਏ ਜਿੱਤੇ ਆਈ। ਓਏ ਰਾਤੀ ਭਾਬੀ ਨੂੰ ਮੋਬਾਈਲ ਤੇ ਗੇਮਾਂ ਸਿਖਾਉਂਦਾ ਰਹੇ? ਓ ਨਹੀਂ ਬੇਵਕੂਫ, ਐਸੀ ਗੱਲ ਨਹੀਂ। ਗੱਲ ਪਤਾ ਕੀ ਹੋਈ ਹੈ ਯਾਰ? ਕੀ ਗੱਲ ਹੋਈ ਹੈ? ਚਲੋ ਇਹਨਾਂ ਨੂੰ ਦੱਸ ਦੱਸ, ਪੂਰੇ ਮੰਡੇ ਚ ਦੱਸੋ ਕਿੰਨੀ ਕਿਰਾ ਸਾਡੀ। ਚਲੋ ਇਹਨਾਂ ਕੰਮ ਹੀ ਉਹਦੀ ਨਿਕਲ ਇਥੋਂ, ਚਲ ਚੱਲੀ ਕਰ। ਓ ਨਾਨਾ ਇਸ਼ਟ ਕੇ ਕਰ, ਚੱਲ ਬਾਹਰ ਦਫਾ, ਚੱਲ। ਕੱਲਾ ਹੀ ਡੰਡਾ ਫੜਿਆ ਗੁੱਲੀ ਕੋ ਆਜ ਗਈ। ਮੈਂ ਤੈਨੂੰ ਦੱਸਾਂ ਜਾ, ਸਲਾਮ ਅਲੈਕੁਮ। ਕੀ ਗੱਲ ਹੈ? ਗੱਲ ਹੈ, ਅੱਲਾ ਦਾ ਸ਼ੁਕਰ ਹੈ, ਤੁਸੀਂ ਸੁਣਾਓ। ਸਟੋਕ ਨਹੀਂ, ਕਿਸ ਕਦਰ ਬਦਤਮੀਜ਼ ਨੇ ਸਥਲੀ ਦਾ ਮੁੰਡਾ। ਮੈਨੂੰ ਕਹਿ ਰਹੇ ਨੇ ਚਾਚਾ ਘੋੜੇ ਚ ਵੜ ਕੇ ਕਦੋਂ ਨੱਚਣਾ ਹੈ? ਮੇਰੀ ਬੱਚੀ ਦਾ ਵਿਆਹ ਹੋਇਆ, ਮੈਂ ਉਹਦੇ ਵਾਸਤੇ ਨਾਸ਼ਤਾ ਲੈ ਕੇ। ਓ ਬੇਟੇ ਨਾਸ਼ਤਾ ਸਹੀ ਆ ਗਿਆ ਜੀ? ਨਾਸ਼ਤਾ ਸਹੀ ਸਲਾਮਤ ਹੈ ਅੱਬਾ ਜੀ। ਇਹ ਤੇ ਸਾਰੇ ਸੁੱਤੇ ਹੋਏ ਨੇ ਬੇਟੇ। ਸ਼ਕਰਾਂ ਦੀ ਰਾਤ ਸੀ, ਕੋਈ ਕਿਤਾਬ ਆ ਰਿਹਾ ਹੋਏਗਾ, ਕੋਈ ਖੁਸ਼ੀਆਂ ਮਨਾ ਰਿਹਾ ਹੋਏਗਾ। ਹੁਣ ਥੱਕ ਕੇ ਸੁੱਤੇ ਹੋਣਗੇ, ਉਹਨੇ ਜਾਗ ਪੈਣਗੇ, ਨੋ ਪ੍ਰੋਬਲਮ। ਅੱਬਾ ਜੀ ਮੈਂ ਕਿਸੇ ਨੂੰ ਬੁਲਾਉਂਦੀ ਹਾਂ? ਹਾਂ ਬੁਲਾਓ। ਮੈਂ ਕਿਹਾ ਮਾਸੀ ਕੌਣ ਹੈ? ਮਾਸੀ ਹੈ ਕੌਣ ਹੈਗਾ? ਤੁਸੀਂ ਇਹ ਤੇ ਉਹੀ ਮਾਈ ਨੇ ਜਿਹੜੀ ਕੁੱਕੜੀ ਨੂੰ ਆਂਡਿਆਂ ਤੇ ਉਠਾ ਕੇ ਆਪ ਬਹਿ ਜਾਂਦੀ। ਕੀ ਕਰਦੇ ਪਏ ਅੱਬਾ ਜੀ? ਬਾਜੀ ਦੇ ਸੱਸ ਨੇ। ਓਹ ਮਾਫੀ ਚ ਮਾਫੀ ਚਾਹੁੰਦੇ, ਮਾਫੀ ਚਾਹੁੰਦੇ, ਮਾਫੀ 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 ਮਾਫ ਕਰਨਾ, ਮਾਫ ਕਰਨਾ ਭੈਣ ਜੀ, ਮਾਫ ਕਰਨਾ। ਆਪਣੀ ਬੱਚੀ ਵਾਸਤੇ ਨਾਸ਼ਤਾ ਲੈ ਕੇ ਆਇਆ ਜੀ? ਨਾਸ਼ਤਾ? ਨਾਸ਼ਤਾ ਤਾਂ ਨਹੀਂ ਪਤਾ। ਤੁਹਾਡਾ ਕਦੀ ਵਿਆਹ ਹੋਇਆ ਸੀ? ਹਾਂਜੀ ਹੋਇਆ ਸੀ। ਰਾਤ ਲੰਘੀ ਸੀ? ਹਾਂਜੀ ਲੰਘੀ ਸੀ। ਤੁਹਾਡੇ ਘਰੋਂ ਕੋਈ ਬੰਦੇ ਆਏ ਸਨ ਸਵੇਰੇ? ਹਾਂਜੀ ਆਏ ਸਨ। ਉਹਨਾਂ ਕੋਲ ਕੋਈ ਸ਼ੈ ਹੈ ਸੀ? ਹਾਂਜੀ ਹੈ ਸੀ। ਉਹਨੂੰ ਨਾਸ਼ਤਾ ਕਹਿੰਦੇ? ਭਾਜੀ ਤੁਸੀਂ ਮੈਂ ਸ਼ਹਿਜ਼ਾਦੇ ਅੱਬਾ। ਸ਼ਹਿਜ਼ਾਦੇ ਅੱਬੇ ਦਾ ਨਹੀਂ, ਆਪਣੀ ਬੱਚੀ ਵਾਸਤੇ ਥੋੜਾ ਜਿਹਾ ਲਿਆਏ ਆ। ਭਾਜੀ ਤੁਸੀਂ ਮੇਰੀ ਸ਼ਹਿਜ਼ਾਦੇ ਅੱਬਾ। ਆਪਣੀ ਬੱਚੀ ਵਾਸਤੇ ਥੋੜਾ ਜਿਹਾ ਲਿਆਏ ਆ, ਗਰੀਬੀ ਦਾਵੇ ਦਾ ਸ਼ਹਿਜ਼ਾਦੇ ਅੱਬੇ ਨੂੰ ਅੰਦਰ ਹੀ ਰਹਿੰਦੇ ਹੋ। ਸ਼ਹਿਜ਼ਾਦੇ ਅੱਬਾ ਕੀ ਗੱਲ? ਓ ਸਲਾਮ ਅਲੈਕੁਮ, ਕੀ ਹਾਲ ਹੈ ਭਾਈ ਸਾਹਿਬ? ਹੈ ਠੀਕ ਹੋ ਨਾ? ਹੈ ਨਾ? ਬੱਚੇ ਨਾਸ਼ਤਾ ਨਹੀਂ, ਬੱਚੇ ਵਾਸਤੇ ਥੋੜਾ ਜਿਹਾ ਲਿਆਇਆ, ਤੁਸੀਂ ਕਿਸੇ ਲਿਆ ਤੁਹਾਨੂੰ ਖਵਾ ਦੇਣੀ। ਕੀ ਕਰਦੇ ਨੇ? ਇਹਦੀ ਤਾਂ ਗੱਲ ਸੁਣਨ ਲੱਗੇ, ਅੱਖਾਂ ਕਢਾਉਣੀਆਂ ਪੈਂਦੀਆਂ। ਮੇਰੀ ਬੱਚੀ ਕਿੱਥੇ ਜਾ? ਕੁਛ ਵੀ ਨੀ ਹੋਇਆ, ਕੁਛ ਵੀ ਨੀ ਹੋਇਆ। ਕਿੱਧਰ ਭਾਣ ਵੇਖੀ? ਮੈਂ ਤੇ ਬਾਜੀ ਨੂੰ ਨਹੀਂ ਵੇਖਿਆ, ਤੁਸੀਂ ਦੱਸਦੇ ਕਿਉਂ ਨਹੀਂ ਕਿੱਥੇ ਨੇ ਬਾਜੀ? ਤੁਹਾਡੀ ਬੱਚੀ ਕਿੱਥੇ? ਦੱਸਦੇ ਬਕਵਾਸ ਕਿਉਂ ਨਹੀਂ ਕਰਦਾ? ਭਾਈ ਜੀ ਮੈਂ ਤੁਹਾਨੂੰ ਦੱਸ ਲਵਾਂ, ਤੁਹਾਡੀ ਬੱਚੀ ਜਿਹੜੀ ਹੈ ਉਹ ਦੌੜ ਗਈ ਹੈ। ਦੌੜ ਗਈ? ਭੈਣ ਜੀ ਤੁਹਾਡਾ ਵਿਆਹ ਹੋਇਆ ਸੀ? ਹਾਂਜੀ। ਤੁਸੀਂ ਵਿਆਹ ਦੀ ਰਾਤ ਦੌੜ ਗਏ ਸਨ? ਉਹ ਤਾਂ ਨਹੀਂ ਸਨ ਦੌੜੇ, ਉਹਨਾਂ ਦਾ ਅੱਬਾ ਇੰਜਨ ਨਹੀਂ ਸੀ ਕਰਦਾ। ਕਦੇ ਧੀਆਂ ਭੈਣਾਂ ਵਿਆਹ ਦੇ ਦਿਨ ਦੌੜ ਗਿਆ ਨੇ? ਚੰਡ ਮਾਰੀ ਉਹਨੇ ਮੇਰੇ ਮੂੰਹ ਤੇ, ਐਡਾ ਮੂੰਹ ਹੈ ਬੰਦੇ ਦਾ ਦਿਲ ਕਰ ਹੀ ਆਉਂਦਾ।
सही है बंदे का दिल कर ही होता है एडा तेरा सिर लाव चुती कर दो मिनट मेरी बच्चे बरामद होनी चाहिए है नहीं तो मैं नचना भी जानना ते नचाउना भी जानना वो तो मैं ब्याह ले दिल नहीं समझ गया जो तू सिरा तो पैसे पड़न दे यार और मैंनू मेरी बच्ची चाहिए मेरी बच्ची बरामद करो नहीं तो मैं नचना भी जानना ते नचाउना भी जानना यार ये जेड़ा नचना भी जानते नचाना भी जानते बच्ची कहे फंक्शन ते गई है आज तन्या आज तन्या तू मेरी बच्ची का रिश्ता कराया थी मैनू मेरी बच्ची चाहिए दो मिनट टाइम था बेहतर ये तो मैं नचना भी जानना तो नचाना भी जानना यार नचा हाँ शायद पेट्रोल निकल आवे नचा हाँ तेरी वेखी है काबिलियत ओए मैं थाने कचहरियां वेखियां ने मैं जेलां पुखियां ने मैं बड़ा कपा बंदा ओ बच्ची मेरी अच्छा बरामद करो नहीं तो मैं नचना भी जानना तो नचाना भी जानना ओ भाई साहब यकीन करो सानू बच्ची का नहीं जे पता मैं चपेड़ा मार के तेरा मुंह लाल कर देगा मैं नचना भी जानना तो नचाना भी जानना ओ जा असि थाना भी जानने कचहरियां भी जानने बुरे वाला भी जानने बिहाड़ी भी जानने उतर हो जाओ हूं मैं गलिया गाला कटन तू भी अंदर उतर हो जा तो असि जवाब भी देने हूं कह मैं नचना भी जानना तो नचाना भी जानना चल कुड़िया तू बाहर वेख मैं हम की करके आऊंगा मैनू अपनी कुड़ी कढ़ाउणी आउंदी है इत्थों भी निकल गई है अब तू नहीं बोलता है मैं चलिया थाने मैं हुण थाने तेरा वलीमा थाने होएगा हुण की बनेगा ओ थानेदार ते जाओ तुसी तो इंज बन रहे हो जिवें 198 बना के आई कमरा तो इधर है केड़ा कमरा जिद दूजी कंध ही नहीं है चल बाबा तू साडे घर दी गल चल मैं रिश्ता कराया वैसे ओ चल रिश्ता कराया दे खैर होवे जाके किधर पंचायत च आमद करा दिया गल सुन पुत्रा कुछ ना कही ठंडे दिमाग ना ठंडे दिल ना गल करनी ओ सियाणे कहंदे ने कि सुबह दा भुल्लिया शाम नू घर आ जाए ते समझो ओनू टांगा नहीं सी मिलिया अबू कहां से आई हो अंदर कमरे से और ये गुस्सा किस बात का है गुस्सा तो मुझे करना चाहिए कि शादी की पहली रात ही आप बाहर आके बैठ गए किस किस्म की बीवी हो तू तुम किस किस्म के शौहर हो चौसा चल सारी गल्ला तू मेनू ये दस तू मेरे नाल बसना कि नहीं बसना नहीं है अगर बसना ना होता तो हाँ करती ते फिर की ड्रामा है कौन सा ड्रामा ड्रामा तो तुमने लगाया हुआ है कि थप्पड़ मारा है थप्पड़ मारा है चलो छोड़ो सारी की गल्लां जरा उधर वे हां चलो दौड़ जाओ अब्बू ले जा नु नच भी ते ले जा भी चल तन्नु दसदा मैं जेड़ी शख्सियत आ रही है ना तन्नु लख पता जाएगा आओ सरकार आओ इलाका होवे बहादुर खान दा ते लोकी अपनी मनमानी करन ए किथे लिखे आया माशर दी लूम च पहले भी ऐसे शर्त ऐसी बोलना नहीं पांच मिनट के अंदर अंदर अगर कुड़ी बरामद ना हुई तो मैं सारे घर दे फल थाने ला जावांगा और उठे जाके की करांगा तुसी अच्छी तरह जानते हो पांच मिनट के अंदर अंदर ऐ मैं दसो कुड़ी किथे वे भाई जी बोलना नहीं कुड़ी किथे जनाब बोलना नहीं कुड़ी किथे ओई तां बोलना नहीं कुड़ी किथे जनाब बोलना नहीं कुड़ी किथे आओ सुनोती तेरा की मतलब है कुड़ी बरामद हो गई केस खत्म हो गया
केस से शुरू है। क्या बुजुर्गा तू इस घर का फर्द है या देगा पकाना है? देगा बोलना नहीं, बोलना नहीं। जे तू इस घर का फर्द है तो तेन पता होना चाहिए यह कुड़ी किने गुआ गुआ आई है और कितने गई सी, किने नाल गई सी, छेती दस। बोलना नहीं, बोलना नहीं। छेती दस कितने गई, किने नाल गई है, कितने गई है, बोल। मैं की कहने तू सारा कुछ दसन दे। मैं क्या बोलना नहीं, साडा मतलब है कि कुड़ी बरामद हो गई है ते हुण की ओ भाई, और मैं पहले भी कैसी बोलना नहीं, ओ जनाब बोलना नहीं, मैं तानू बोलना नहीं भाई जी, बोलना नहीं। और तफ्तीश करो, तफ्तीश इन्ने बड़ा पट्ठे खा गया मेरे पर। बुजुर्गो होश करो, होश करो। कुड़िए दस तेनू किन्ने अगवा किया है, तो तू कितने गई सा, तो कौन तेन लेके गया सी? मेरे को यहां डरन की कोई जरूरत नहीं, बोल बोल। मैं क्या कह रहा, बोल। अब बोल ही नहीं, बोल। आपने खुद ही तो कहा था कि बोलना नहीं। इन्हें चुप कराने तेन कह रहे हैं, बोल बोल। ऐसा तो कोई नहीं बोलेगा। दस की बात की गल नहीं करी थी सवारियां ने मेरे से। तो केस ये नहीं है कि मैं अगवा हुई, केस तो ये है कि शादी के पहले दिन ही ये बिला वजह मुझे घर से बाहर निकाल रहे हैं। पूछे आप ही। एक ही कह रही है घरों बाहर कटिया जा रहे हैं, तुसी कह रहे हो अगवा की गई है, ये तो केस उल्टा हो गया सारा कुछ। एक मिनट, मोबाइल है जानवरों को मोबाइल? लैंग्वेज प्लीज। मोबाइल कितने गया? वो इतने सी पहले मैं इतने ऐसा लड़ाई झगड़ा सी किसे सवारी ने ले लिया ना जी। बड़ा चुप खिलोता है, तेरा की मतलब है मैं मोबाइल बरामद नहीं कर सकता? भाई जी मेरे को कितो आ गया? बोलना नहीं, मैं आप कटना जाने मोबाइल के रगड़े। हाथ चकर, हाथ चकर, हाथ चकर। एक ही करने हैं, एक ही करने हैं भाई जी। इंसानों ने कुछ कतारियां होती हैं। दुर्गा तू नवा लगना है और देहाती लगना है, हाथ उसे कर, इधर साफ करो। एक ही करने हैं, तू मैंने जानता नहीं। अच्छा है, ए सॉरी खुरियां जी रह गया ना। मैं फौरन पहुंच रहा है, मैं वड्डी तफ्तीश से जा रहा, तुम सारे थाने पहुंचो, उसके फैसले होंगे। चढ़न पौड़ी मां बाप का दिल बेचैन हो, दुख धिया ने ओही जानदा जिदी अपनी नहीं कोई धी भैन हो। चाचा जी तारी गल मैनू बहुत अच्छी लगी है, मगर तुसी अपनी धी लै जाओ। तमीज ना गल करो भाई जी, इन्हू ला जाओ इतों, मैं झूठ ना बोल, असि सारे ने वेख्या बारो आई, असि सारे कहने मन डी। मैं अंदर से आई थी। नहीं बाहरो आई है तू? नहीं मैं अंदर से आई थी। मैं मर गई, मैं तो जिन चपड़ा जाए। दो दिन नार तू सीधे लड़ाई ना सीरियल ही बना ले आई। और यार तेरी मेहरबानी आ जाओ। चाचा नशे करके सुकून लैण वास्ते छड़ाई डिगद
बैठ गए। अब मैं ऐसी जोर लाके लिए रोटियां खानी है। दफा भी हो पकड़ लो, बाहर जाकर लड़ो। कुमार तमीज ही नहीं है ना। बैठो किधर है मासी, तेरा मुंडा सुता के अंदर इंजन खोले है। जाके लड़ो मरो। चल निकल, चल चल निकल। मैं नहीं है, नशे कर कर मत। अरे भजी ना ठेकेदार। मासी एदी लाश नु मसाला ला दे। अच्छा तो बार खाना खराब हो। इधर दुश्मन नहीं, मैं इधर चला। इधर मार थले खाना खराब, उधर जाके पुस्तलो लड़ो। मासी सानू बार बार पुस्तल लगे, तेरी बखी च दो दिखे ना तेरू लग। झोली चुक कहना पा दियो, अगले ने सुने नी, पिछले ने सुन लिया। घंटे बाद नाई बह गया। मैं खैर है, कहिंदा पा जी उस तरह थक गया। चुक अपनियां भैड़ां ते निकल जा इत्थों। मेरी बीवी वेखो जमीन च लिया औरतें छपिया कह दी होंगी ने बोले की होया दावत खा के आया। बहुत मार दे मैं क्या जरा ठहर दे यार, तुम जरा सबर नाल मार लो। बहुत कुटते नाल शिकंज भी पिया पिया के मार दे। कहने इहदे च खटाई नहीं रहनी चाहिए। बदमाश बने फिर रोंदे बदमाशी नू। लगन दी भी तमीज नहीं। बंदा पूछे भाई मैं आया था मार खा के जावांगा, बेसबर ही हो जांदे ने। पता नहीं मारिया मारे या हो रहा थे सुला दे लगियां मैनू रोंदे बदमाशी नू। ये बाजार बंद है आज। इन्नू और तैनू भी मारिया और मैनू जूस पिया रोंदे। ए लड़िया लुड़िया ते कोई नहीं। हां ए ते बा उन्हां नू चप्पी पा के सीने साड़दा रहया है। वे बदमाश बने फिरते ही मासी लड़ाई हुई। अच्छा मैं जाकर ठेकेदार के मुंडे नू गिरे बंद फड़िया। शाबाश एक दित्ती उन्हें मेरे। बस फिर ते लड़ाई ते लड़ाई। बस फिर इनू फिर चढ़िया गुस्सा। अच्छा फिर उन्हें एक छड़ी। मैनू फिर गुस्सा चढ़िया, फिर मैं खड़ा हो गया एक होर खाधी। मैं मारो हाँ वे कहते नहीं तुसी गिरे बारे फड़िया। मेरी बखी च कसुन मारिया, मेनू कुछ नहीं होया। हड्डी बखी चुकी आ जड़ी हाथ च लगी, ओनू तकलीफ हुई। मेनू कहना तू अगो साह घुटना।
ਕੁੱਟਿਆ ਤੇਰੇ ਕੋ ਨਹੀਂ ਮਾਰਦੀ ਮੈਂ ਕਹਿੰਦਾ ਸਾਹ ਨਹੀਂ ਘੁੱਟਦਾ ਇਹਦਾ ਮੂੰਹ ਇਹੋ ਜਿਹਾ ਐਡਾ ਜਾ ਚੁੜੀ ਦੀ ਮੈਂ ਤੂੰ ਇਹ ਕੰਮ ਵਹਾਇਆ ਕਿ ਨਹੀਂ ਇਹ ਨਹੀਂ ਭਈ ਉਹਦੇ ਅਸੀਂ ਪਿਸਤ ਹੋਏ ਆ ਕਿਵੇਂ ਮੈਂ ਚੰਗਾ ਭਲਾ ਜਾ ਕੇ ਸਾਈਡ ਤੇ ਬਹਿ ਗਿਆ ਮੈਂ ਇੰਜ ਬਹਿ ਗਿਆ ਜਿਵੇਂ ਮੇਰੇ ਤੇ ਨਾ ਮੈਨੂੰ ਪਤਾ ਹੀ ਨਹੀਂ ਅੱਛਾ ਇਹਨੂੰ ਮਾਰ ਪੈਣ ਲਈ ਇਹ ਘੇਰੇ ਵਿੱਚੋਂ ਮੂੰਹ ਕੱਢ ਕੇ ਕਹਿੰਦਾ ਜੀ ਉਹ ਵੀ ਸਾਡੇ ਨਾਲ ਹੀ ਹੋਵੇ ਉਥੋਂ ਤੇ ਬਚ ਕੇ ਅਸੀਂ ਦੋਵੇਂ ਫੇਰ ਲੁੱਕ ਗਏ ਆ ਅੱਛਾ ਇਹ ਲੈਦਾ ਲੁੱਕਿਆ ਉਹਨਾਂ ਨੇ ਫੜ ਕੇ ਇਹਨੂੰ ਮਾਰਨਾ ਸ਼ੁਰੂ ਕੀਤਾ ਅੱਗੋਂ ਉੱਠ ਕੇ ਸਾਡੇ ਵੱਲ ਇਸ਼ਾਰਾ ਕਰਕੇ ਆ ਆ ਜਾਓ ਵੀ ਫੜੇ ਗਏ ਆ ਕਹਿੰਦਾ ਜੂਸ ਲੈਣ ਆਇਆ ਮੈਨੂੰ ਇਹ ਦੱਸਦੇ ਅੱਬਾ ਤੂੰ ਲੜਨ ਜਾਣਾ ਕਿ ਉਹਨਾਂ ਦੀ ਖਿਦਮਤ ਕਰਨ ਜਾਣਾ ਤੈਨੂੰ ਸੱਟਾਂ ਲੱਗੀਆਂ ਬਸ ਹੁਣ ਨੀ ਮੈਂ ਇਹਨਾਂ ਨੂੰ ਛੱਡਣਾ ਮੇਰਾ ਇੰਜ ਗੁੱਸਾ ਠੰਡਾ ਨਹੀਂ ਹੋਣਾ ਕੀ ਕਰੇਗਾ ਤੂੰ ਮੈਂ ਉਹਨਾਂ ਕੋਲ ਮਾਫੀ ਮੰਗਣ ਲੜਾਈ ਚ ਕੀ ਪਿਆ ਮੈਂ ਛੱਡੂਗਾ ਨੀ ਦੇ ਲਓ ਮੈਂ ਉੱਪਰ ਸੇ ਫੋਨ ਕਰਾਉਂਗਾ ਉੱਪਰ ਸੇ ਉੱਪਰ ਸੇ ਹਾਂ ਨੀਚੇ ਵਾਲਾ ਖਰਾਬ ਹੈ ਨਾ ਤੈਨੂੰ ਕੀ ਪਤਾ ਅਸੀਂ ਮਸਲੂਰੀਆਂ ਕੱਟੀਆਂ ਨੇ ਤੂੰ ਪਜਾਮਾ ਕੱਟ ਕੇ ਬੈਠਾ ਇਕਬਾਲ ਕਿਆ ਹੋਇਆ ਬਸ ਕਰ ਦੇ ਤੂੰ ਮੇਰਾ ਕੋਈ ਭਰਾ ਨਹੀਂ ਤੈਨੂੰ ਵੀ ਮਾਰ ਪਈ ਮਾਰ ਹੀ ਪਈ ਹੋਰ ਪੈਂਟਰ ਪੁਰਸ ਸਾਫ ਕਰਦਾ ਰਿਹਾ ਹੱਥ ਹੋ ਗਈ ਯਾਰ ਜਾ ਕੇ ਪੱਟੀ ਕਰਾ ਕੇ ਆਪੇ ਬਦਲਤੀ ਸ਼ਾਮ ਨੂੰ ਉਹਨਾਂ ਨੇ ਫੇਰ ਮਾਰਨਾ ਇਕੱਠੀ ਕਰਾ ਲਈ ਹੋਰ ਕਹਿੰਦਾ ਬੜਾ ਬੜਾ ਵੱਡੀ ਗੱਲ ਲੁਕਾ ਜਾਂਦੀ ਹੈ ਨਾ ਕੀ ਹੋ ਗਿਆ ਮੰਜੀ ਥੱਲੇ ਡਾਂਗ ਫੇਰਦਾ ਮੇਰੀ ਕੀ ਸੀਟਾਂ ਦੇ ਵੀ ਹਿਜੜੀ ਮੈਂ ਕੱਢ ਲਿਆ ਅੰਬੈਸੀ ਦੀ ਮਸ਼ਹੂਰੀ ਚ ਨੱਚਣ ਵਾਲੇ ਆ ਭੱਜ ਕੇ ਉੱਠੀ ਪੱਤੀ ਬਾਲੀ ਬੈਠਿਆ ਮੰਜੀ ਥੱਲੇ ਕੀ ਕਰਨ ਲਿਆ ਗੁੱਸੇ ਵਾਲੀ ਗੱਲ ਕੀ ਹੈ ਆਪੇ ਮੈਨੂੰ ਬਚਾਓ ਵੇ ਬਾਬਾ ਅੱਛਾ ਦੋਵੇਂ ਐਨਕਾਂ ਲਿਓ ਜੀ ਪਾ
हाली जहाज उड़े ही सारा अमला कुछ खुआन पियान वास्ते आया को घबरा के कहना वो कुछ स्टेयरिंग ते भी बैठा जे अपनी बीवी दी सोने दी वालियां ले जाके सिनेमे की बुकिंग जनाब वह कहना चाचा जी सुनियारे की दुकान नहीं कहना बाहर तो तुसीं लिखाया भोला सुनियारा जेड़ी महल्ले च गल हुंदी मेरे ते बाल ने फैसला बाल हुंदी अल्लाह जिंदगी दे जौली शहर है हर बंदा चुप कर दे बच्ची मर गई बेचारी साल की बच्ची सी प्यो ने चुकी दफनाउन जा रहे लाल का मुंडा कहता मैं फड़ा दे पा क्यों मेरे को रोंदी है ते बाबे बाबे का वड्डा भरा नहर च डुब के मर गया और लाश कट के लिया कहना चलो नु आओ दफनाना कहना रहन दो जी नहाउंदा ही मरिया चोर सी इन्हें चोरी की महलेदार ने मूह काला करके खोते दबाया इन्हू छे सत महल फराए वह खोता थक गया अगो खोते कहना तेज टुर तू तो इंज टुरने जिम्मे तेरा मूह काला होया चाचा ला जारी मूह ते होए तेन मैं क्या चाचा लाइना से गया उ इंजन फिरन डे कला ही अगो कहना साढ़े नाल वगाड़ेगा तो कला ही फिरेगा वे पुला बड़ा मशहूर एक बाबा होया कहिंदा तू तारक इन्ने चौल दे बारे चाचा जी खाने होर गिणने एक गाहक आया उसने कहा तारक बुला लैग पीस नहीं ठीक क्यों तो बस का टायर लंघ गया अपने बस्ती च बैठा से एक मुंडा आके कहना चाचा जी ये कच्ची बस्ती है कहना टक्कर मार के वेख ला पुत एक महल च बंदा आया बेचन नान कहना रुपये का नान दाल फ्री ही कहना दाल दे जा इन्हें मैं कुलां ते लै गया दोनों मैं कहा रोटी खा लो आलू गोश पक्का सी मैं कहा सबर करना तुहाडे के भी प्याले आणगे सबर ही नहीं होया एक बंदे पुरकियां भर भर के रोटी खा दो वेख रहे बड़ी गल मुर्गी टिकट नहीं दी है कि उन्हें आलू रखे ना मुर्गी तो कहना हूं डिग पैना अद्धा रखना चाहिए बाबे ने मुर्गी भरी नहीं रहा गया उठ के कहना वाह जी वाह रोटी चौधरिया की लखा का लून ही पाता कुछ नहीं कहते अपनी बिल्ली नू 8 दिन कख नहीं खुआया ਉਹ ਵਿਚਾਰੀ ਮਰਨ ਵਾਲੀ ਹੋਈ ਪਈ ਇਹਦੇ ਘਰ ਮਹਿਮਾਨ ਆਇਆ ਕਹਿੰਦੇ ਚਾਚਾ ਜੀ ਇਹ ਤੁਹਾਡੀ ਬਿੱਲੀ ਨੂੰ ਕੀ ਹੋਇਆ ਕੋ ਕਹਿੰਦਾ ਕੋਈ ਨੀ ਇਹਦੇ ਸੈੱਲ ਵੀਕ ਹੋਏ ਬਾਬੇ ਨੇ ਤੋਤਾ ਰੱਖਿਆ ਤੋਤੇ ਨੂੰ ਕਹਿੰਦਾ ਮੀਆਂ ਮਿੱਠੀ ਚੂਰੀ ਖਾਣੀ ਹੈ ਤੋਤਾ ਕਹਿੰਦਾ ਚਵਲਾ ਆਪ ਕਦੀ ਖਾਧੀ ਫੈਸਲਾਬਾਦ ਸੱਚਾ ਵਾਕਿਆ ਚਨਾਬ ਕਲੱਬ ਚ ਡਾਕਟਰ ਸਾਹਿਬ ਨੇ ਰਾਣਾ ਇਮਰਾਨ ਸਾਹਿਬ ਬੜਾ ਮੋਸਰ ਆਦਮੀ ਰਾਣਾ ਇਮਰਾਨ ਸਾਹਿਬ ਤੂੰ ਕਦੋਂ ਮੈਂ ਦੋਵੇਂ ਇਕੱਠੇ ਖਲੋਤੇ ਆ ਮੈਂ ਕਿਹਾ ਰਾਣਾ ਸਾਹਿਬ ਮੇਰੇ ਲੱਤਾਂ ਦੀ ਦਰਦ ਹੁੰਦੀ ਹੈ कुछ कहने पिंडा ने मेले नहीं जाके लोगों को मैं साइमा का पुत्र हाँ
ਇਹ ਗੱਲ ਦੱਸਣ ਵਾਲੀ ਹੈ। ਚਲੋ ਕੋਈ ਗੱਲ ਨਹੀਂ, ਫਿਲਮ ਸਟਾਰ ਸੈਮਾ ਚੂੜੀਆਂ ਵਾਲੀ ਮਸ਼ਹੂਰ। ਉਹ ਨਹੀਂ ਫਿਲਮ ਸਟਾਰ ਸੈਮਾ ਨਹੀਂ, ਸੈਮਾ ਖਾਨ ਜਿਹੜੀ ਸੀਟੀਆਂ ਕਰਦੀ ਬੇਬਸ ਕਲੀਆਂ। जूआ सुकून ना सुतियां रहिंदियां वी, इहने कहिड़ा नहाउण लग जाणा है। इह तां हर वेले नहाउंदा रहिंदा, मच्छी दा पुत्तर है। आ पापा पिछले दिन ਮੈਨੂੰ ਲੈ ਗਿਆ ਇੱਥੇ ਹੋਟਲ ਬਣਿਆ ਨਵਾਂ ਲੀਡਰਿੰਗ, ਇਹ ਗੁਲਸਤਾਨ ਸੈਲਮ ਦੇ ਲਕਸ਼ਮੀ ਲੀਡਰਿੰਗ ਹੋਟਲ ਹੋ ਤੇ ਪੂ ਕਹਿੰਦਾ ਮੈਨੂੰ ਮੁਫਤ ਨੂੰ ਆ, ਮੁਫਤ ਨੂੰ ਆ। ਮੈਂ ਕਿਹਾ ਪਾਗਲ ਹੋ ਗਿਆ, ਇੱਡਾ ਵੱਡਾ ਹੋਟਲ ਨਾਲ ਜਗ੍ਹਾ ਵੀ ਦੱਸ। ਇਹ ਨਹਾਉਣ ਵਾਸਤੇ ਨਹਿਰ ਤੇ ਗਿਆ, ਕੱਛਾ ਪਾ ਕੇ ਛਾਲ ਮਾਰਨ ਲੱਗਿਆ, ਅੱਗੋਂ ਪਾਣੀ ਹੱਥ ਬੰਨ ਕੇ ਕਹਿੰਦਾ ਤੇਰਾ ਕੁਛ ਨਹੀਂ ਜਾਣਾ, ਮੇਰੇ 'ਚ ਕਿਸੇ ਨੇ ਨਹੀਂ ਨਹਾਉਣਾ ਅੱਗੇ ਤੋਂ ਯਾਰ। ਮੈਂ ਛਾਲ ਮਾਰੀ ਹੈ ਤੇ ਤੂੰ ਖੁਸ਼ ਹੋ ਗਿਆ। ਸ਼ਹਿਜ਼ਾਦਾ ਆਇਆ, ਸ਼ਹਿਜ਼ਾਦਾ ਆਇਆ, ਸ਼ਹਿਜ਼ਾਦਾ ਆਇਆ। ਇਹਨਾਂ ਤਿੰਨਾਂ ਨੇ ਛਾਲ ਮਾਰ ਦੇ, ਵੱਡੇ ਡੱਡੂ ਰੌਲਾ ਪਾ ਲਾ। ਬੁਰਾ ਬਣਾ ਦੋ, ਸਾਲੇ ਆ ਗਏ, ਬੁਰਾ ਬਣਾ ਦੋ, ਸਾਲੇ ਆ ਗਏ। खोतिया रेहड़िया रुल के मर गया। तू वेख के मैं एह जी चीजा भी जहाज से पाई मेहरबानी। आप बाबा पिंडा च मंगदा, पेंडुआ नूं जाके कहिंदा मेरी मदद करो, मैं शादिया खुशक दा सौरा वा। ਇਹ ਦਿਹਾਈ ਪਾਗਲ ਕਦੀ ਨਾ ਸਿੱਧਾ ਜਵਾਬ ਦਿੱਤਾ ਇਸ ਬਾਬੇ ਨੇ। ਬਾਬਾ ਲੈਟਰਿਨ ਚੱਲਿਆ, ਇੱਕ ਬੰਦੇ ਨੇ ਕਿਹਾ ਅੰਦਰੋਂ ਕੁੰਡੀ ਲਾ ਲਾ, ਕਹਿੰਦਾ ਮੈਂ ਮਹੀਨਾ ਰਹਿਣਾ। ₹100 चाहिए, धी मेरी तिना साल बिस्कुट मंगती है, मैं मरने वाला हो जाए। मंगना क्यों है? निकिया उसका प्यो मर गया, यतीम हो गया, मंगने ही हाँ। बेबे ने दूसरा हक निकाह कर लिया, सैंडो सप्पा वाले नाल मंगना ही हाँ। निके भरा ने बड़ा मान सी, बांह बनेगा, वह खुसरा निकल आया, वो खुसरा निकल आया, मैं पिंडों इधर निकल आया। चलो मैं तो फिर इन्हें कुछ दस ना, तो अगले यकीन होंगे ना ये मंगण वाला। ये जाके खलो के सिर्फ इन्हें कहना समझ तो गया ही होगा। सिर्फ इन्हें कहना मेरी अल्लाह वास्ते मदद करो, मेरे भणवइये ने मैनू अग लाती है। तू कौन है जिन्हें अग लाई? बड़ी नेक औरत, बड़ा दिल खुश है। मंग की मंगनी? कहिंदी खुत दे पुत्रा तलाक दे दे मैनू। चलो ए ते वेखो भी तलाक ते चलो मंग। सारे मस्जिद बैठे ने इंजॉय कर रहे, अपना खून जिथे हो बोल रहा। यार गुस्सा ना करो, उन्हें कीता नहीं, उधर निकल गई।
बाबा पहले फौज हुंदा सी अज कल मौत च क्यों चाचा बाबा एह जी शिकारी कुत्तियां हुंदियां कोठियां दे बाहर दूध पियोगी कीमा खाना लड़ोगी अंदर चले जाए चलो मेरे अर्गिया तो कोठी अगे होंगे योजे कुत्ते मदारी को होंगे ने अपनी पूछल आप ही लभने सिर च डांग बजे नाल कहिंदे ने शुक्र है मैं अन्ना सन ते अखां के तारे आ जाने दी इहो जिहे दूनी कुत्ते तगड़े होंदे ने मालक जिन्ने पालिया ना कीमा गोश्त खवा खवा के उन्हें स्टेशन ले जाना होंदा उन्हूं खिंच के रंग महल वाले पासे लै गए इहो जिहे कुत्ते उदों भौंकदे ने जदों डाका वज जांदा चल नवी कटाई नवी ए अन्ने कुत्ते होंगे नाल कुत्ते कह जो चोर आया मैं दसना मैं भी पाऊंगा कुत्ता भौंकदा ही नहीं बैठे ही रहा वो नाल का कुत्ता कहना तू क्यों नहीं पाऊंगा अगू कहना बढ़नी तो तंदी है मैं खप पाउन की लड़ पी ए शिलोंग की बोतल भी इन पोलिया करके पीन दिया सी ले मैं क्या क्यों है कहना अंबल ही बोतल है बाबा पिछले दिन हकीम बन गया सी अच्छा मैं क्या मैं हकीम साहब मैंने भुख नहीं लगती कहते कोई घबराने वाली गल नहीं तू अपनी रोटी मिलती जाकर डॉक्टर की दुकान तो बिस्त हो डॉक्टर जाके कहना जी मेरा ऑपरेशन करो मेरी जेब च पत्थरी है मेरा बंदा साल हो गया घरों आलू लैन गया आया नहीं वापस ओनू कहिंदा चल तू होर गड्डी बना टेप कूफे कार दा बड़ा अच्छा ड्राइवर है अच्छा परसों दे नाल मैं बैठा हुआ लाल इशारा इन्हें कार सीधी लगाती बड़ी गल मैं कह रोक लै की करन दिया लाल इशारा कहता मैं पागलां नूं गड्डी चलाउणा अच्छा अगे गया लाल इशारा इन्हें फिर गड्डी लगाती ओ मैं कह रोक लै कहता मैं पागलां नूं चलाउणा अगे गया हरा इशारा सी ते खलो गया मैं कह हुण क्यों खलो गया कहता मैं ठीक है ना ये ते हस्पताल ते ठीक है कम नहीं ते कह दो कि बाजी डर गई मेरा ख्याल उन्हें भी तरीका आजमाया मशीन तेरी मौत फाजा मार दिए की मतलब है अब तेन मेरे को कोई नहीं बचा सकता मैं साह लेना बकवास करना तो
चोरी करने लिए तेनु साडे घर लब्बा ओ चोरी करन नहीं आया मैं शीफा शीफा मैं कह रही पुलिस नु बुलावे पुलिस ने ना बुलाई मासी पुलिस ने 600 लेना 300 मेनू ते मैं आपे निकल जाना तेनु ते की लेना आया मेरी गैरत ना मार जवाना मनिया मैं सोना वा पर बगैरत नहीं हवाले करो यार पुलिस के हवाले ना करना ताडी मेहरबानी मेरे हवाले करो ਸਾਰੇ ਇੱਕੋ ਹੀ ਰਹਿ ਗਏ ਉਹਨੇ ਧੋਤੀ ਬੰਨ ਲਈ
ਅੱਪਾ ਜੀ ਖੁਦਾ ਦਾ ਵਾਸਤਾ ਨਹੀਂ ਮਿਲ ਰਿਹਾ ਆ ਮਿਲਰੇ ਦੀ ਲੱਤ ਤੇ ਤੋੜ ਲੈਣ ਦਿਓ ਸਬਰ ਕਰ ਲੰਗੜੀ ਕਰ ਰਹੀ ਉਹਨੂੰ ਇਹਨੇ ਕਿਹੜਾ ਹਾਕੀ ਖੇਡ ਰਹੀ ਹੁੰਦੀ ਲੱਤ ਤੋੜ ਬਾਹ ਹੀ ਭੱਲ ਲੈਂਦੀ ਉਹ ਬਾਹ ਹੀ ਤੋੜ ਲੈਣ ਦਿਓ ਭੱਲ ਲੈ ਬਾ ਬਾਅਦ ਚ ਮਾਫੀ ਤੇਰੇ ਕੋ ਇੰਜ ਮੰਗੇਗੀ ਹੈ ਮੇਰਾ ਤੇ ਦਿਲ ਕਰਦਾ ਮੈਂ ਖੁਦਕੁਸ਼ੀ ਕਰ ਲਾ ਖੁਦਕੁਸ਼ੀ ਹਰਾਮ ਹੈ ਉਹ ਤੂੰ ਹੀ ਮੇਰੇ ਉੱਤੇ ਡਿੱਗ ਪਾ ਸ਼ਹਿਜ਼ਾਦ ਸ਼ਹਿਜ਼ਾਦ ਰਿਲੈਕਸ ਰਿਲੈਕਸ बूटी पीती क्या हो रहा है कितना आई है पुत्र दास मैं अंदर कमरे में थी शहजाद को दूध गर्म करके दिया था बताया नहीं आपने आप की आना तू की आना पुत्र और तियां बहना भी बैठी होंगी ने कह या कर एडी मेरी तमाशबीन तबीयत ते घर ही पैसे खर्च लिया कर जी को जामत करान जाना है शादी ना करो इन कोई बिजनेस करवा दियो एक नहीं मानी मेरी एक नहीं मानी कमरे में थी मेरे सर में दर्द हो रहा था अच्छा। मैंने कहा सो जाते हैं हाँ। ये सो गए इनके सोने के बाद याद आया मैंने एक मंजर देखा ये चिंची चला रही थी कुछ देर वो चलने के बाद हवा में क्लीन बन के उड़ने लगी ਮੈਨੂੰ ਆਪਣਾ ਸਿਆਪਾ ਪਏ ਆ ਉਹ ਆਪਣੇ ਲੋਕ ਅੰਗਰੇਜ਼ੀ ਫਿਲਮ ਵੇਖਣ ਦੇ ਫੇਰ ਕਿਹਾ ਉਹ ਮੈਨੂੰ ਕੋਕਾਪ ਪਰ ਲੈ ਗਈ ਔਰ ਵਹਾਂ ਪਰ ਮੈਨੂੰ ਹਾਤਮ ਤਾਈ ਮਿਲਾ ਉਹ ਕਹਿਣੇ ਲਗਾ ਮੈਂ ਤੁਮੇ ਆਪਣੀ ਮਲਕਾ ਬਣਾਉਂਗਾ ਪਰ ਮੈਨੇ ਉਸੇ ਕਹਾ ਕਿ ਮੇਰੀ ਸ਼ਾਦੀ ਸ਼ਹਿਜ਼ਾਦ ਸੇ ਹੋਈ ਹੋਈ ਹੈ ਹਾਂ ਇਤਨਾ ਨਾ ਸਾਨੂੰ ਪਾਗਲ ਸਮਝਦੇ ਫਿਰਦੇ ਇਕੱਠੇ ਹੀ ਹੋ ਕਾ ਦਾ ਬਾਤ ਫਿਰ ਕਿਹਾ ਕੁੜੀਏ ਫਿਰ ਕਿਹਾ ਫਿਰ ਉਹ ਕਹਿਣੇ ਲਗਾ तुम्हारी शादी शहजाद से नहीं हुई जब शहजाद से तुम्हारा निकाह हो रहा था ना तो शहजाद का अंगूठा मेरे हाथ में था इसलिए तुम मेरी बीवी हो इन्हें अंदर ले जाओ बाजी अब बाजी इन्हें अंदर ले जाओ बाजी चलो बजाओ जाओ चलो ना अलग यार शिकंजे भी यार निबूद ले जा चलो शहजाद अरे चुप रहना सुना खा चल अरे टाइम नहीं है सानू परेशानी पाई नवी टेंशन पाई इस कुड़ी ने हेलो तरह भी गिलियां कर लो
मर गया वो मेरे मुंह से किसी तजाब पाता ही ऐता राजा तजाब पाता एडी तू अंदलीप पानी खड़ोता हो तुम कड़ नहीं सके जिनके तुम बाबा अज तो जिन जून कड़ते नहीं तो जाते ही लै निकल तो तेगा तेरी वजह तो मैं भी दलील चल बैठ।